ਤੁਹਾਡਾ ਦਿਲ ਹੈ ਸੀ ਪਿੰਡ ਛੱਡਣ ਨੂੰ? ਛੱਡਣਾ ਕੌਣ ਦਿਲ ਨੂੰ ਕੋਈ ਛੱਡਦਾ? ਕੋਈ ਨਹੀਂ ਛੱਡਦਾ ਸੀ, ਮਜਬੂਰੀ ਸੀ। ਮਜਬੂਰੀ ਹੋ ਗਈ। ਹਾਂਜੀ ਹਾਂ। ਤੇ ਅੱਜ ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ, ਉਹ ਘਰ ਛੱਡੇ ਹੋਏ ਨੂੰ, ਤੇ ਘਰ ਚੇਤੇ ਆ ਜਾਂਦਾ? ਅੱਖੀਆਂ ਨੂੰ ਮੁਰੇ ਆ ਜਾਂਦਾ, ਚੇਤੇ ਛੱਡ ਕੇ ਮੈਨੂੰ ਤਾਂ ਚੱਪੇ ਚੱਪੇ ਦੇ ਪਤਾ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ ਸੰਤਾਲੀ ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ? ਪਿੰਡ ਸੀ ਜੋਲਟਪੁਰ, ਦੱਖਣ ਵਾਲੇ ਪਾਸੇ ਲੱਗ ਗਿਆ ਜੀ ਚਲੇਚ, ਉਸਦੇ ਨਾਲ ਅੱਗੇ ਲੱਗ ਗਿਆ ਜੀ ਮਵਾ, ਲੰਬੀ ਮਵਾ, ਚੜ੍ਹਦੇ ਵਿੱਚ ਲੱਗ ਗਿਆ ਡਗੋਹ, ਅੱਛਾ, ਕੁਟਬ ਦੇ ਵਿੱਚ ਲੱਗ ਗਿਆ ਬਬੇੜ, ਅੱਛਾ, ਲੰਡੇ ਦੇ ਵਿੱਚ ਲੱਗ ਗਿਆ ਬਾਣੀ ਖੰਡ। ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ? ਰਾਮਦਾਸ ਕਪਤਾਨ ਉਹਨੇ ਕੱਢੀਆਂ ਫਿਰ ਭਰਾਵਾਂ ਨਾਲ ਨੱਥਾ ਸਿੰਘ ਬਣਨਾ ਖਾਂ, ਕਹਿੰਦਾ ਨੱਥਾ ਸਿੰਘ ਤੂੰ ਨਹੀਂ ਇਹਨੂੰ ਜਾਣਦਾ, ਇਹਨਾਂ ਨੂੰ ਮੈਂ ਜਾਣਦਾ, ਮੇਰੇ ਕੋਲ ਵਿਰੋਧੀ ਫੌਜ ਸੀ ਮੁਸਲਮਾਨਾਂ ਦੀ, ਉਹ ਮੈਂ ਇੰਨਾ ਚਿਰ ਜੰਗ ਲੜਿਆ, ਤੂੰ ਮੇਰੀ ਇਮਦਾਦ ਕਰਦਾ ਸੀ, ਉਹ ਮੇਰਾ ਪਿਓ ਕਰਦਾ ਸੀ, ਮੇਰੇ ਇੱਕ ਚੀਜ਼ ਦਾ ਨੁਕਸਾਨ ਪਿੰਡ 'ਚ ਹੋ ਗਿਆ, ਮੈਂ ਨਾ ਤੈਨੂੰ ਵੇਖਣਾ, ਨਾ ਮੈਂ ਪਿਓ ਵੇਖਣਾ, ਮੈਂ ਭੁੰਡ ਕੇ ਰੱਖ ਲਿਆ ਸਾਰਿਆਂ ਨੂੰ। ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ। ਜੇ ਤੁਸੀਂ ਕਦੀ ਬਿਕਰਮ ਨੂੰ ਟਕਰਾ ਦਿਓ ਤੇ ਗੁਰੂ ਨੂੰ ਟਕਰਾ ਦਿਓ, ਜਲਦ ਸੀ। ਮਾਂ ਦਾ ਨਾਂ ਉਮਰੀ ਸੀ, ਪਿਓ ਦਾ ਨਾਂ ਬਖਸ਼ੀ ਸੀ। ਅੱਛਾ, ਉਹਨਾਂ ਨੂੰ ਟਕਰਾ ਦਈਏ ਤੇ ਫਿਰ? ਮੈਂ ਕਹਿੰਦਾ ਕਿ ਗੁਰੂ ਅਗਰ ਮੈਨੂੰ ਟੱਕਰ ਜਾਵੇ ਤੇ ਈਦ ਦਾ ਚੰਦ ਚੜ ਗਿਆ, ਈਦ ਦਾ ਚੰਦ ਚੜ ਗਿਆ, ਅਸੀਂ ਕੱਠਿਆਂ ਰੋਟੀ ਖਾਣੀ ਬਹਿ ਕੇ, ਏਡਾ ਪਿਆਰਾ ਸੀ ਮੇਰਾ ਉਹਦਾ ਸਾ। ਜਿਹੜੀ ਖਾਬ ਦੇ ਵਿੱਚ ਜਾਂਦੀ ਹੈ ਉਹ ਜਗ੍ਹਾ ਦੇਖਦੀ ਹੈ ਬਿਲਕੁਲ ਉਸੇ ਤਰ੍ਹਾਂ, ਭੁੱਲ ਨਹੀਂ ਸਕਦੀ, ਨਹੀਂ ਭੁੱਲ ਸਕਦੀ। ਗੁਆਚਣ ਮਗਰੋਂ ਰਾਵੀ ਪਾਰ ਲਿਵਾਸ ਜਬ ਲੈ ਵੇਖ ਰਹੇ। ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਜਾ ਕੇ ਇੱਕ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਅਨਵੰਡੇ ਪੰਜਾਬ ਦੇ ਕੁਛ ਸਾਡੇ ਕੋਲ ਆਈ ਵਿਟਨੈਸ ਨੇ, ਗਵਾਹ ਨੇ, ਉਹਨਾਂ ਰਾਹੀਂ ਅਨਵੰਡੇ ਹੋਏ ਪੰਜਾਬ ਦੀਆਂ ਗੱਲਾਂ ਬਾਤਾਂ ਉਹ ਸਾਂਝਾਂ, ਉਹਨਾਂ ਦੀ ਜਿਹੜੀ ਗੱਲਬਾਤ ਹੈ, ਉਹਨਾਂ ਦਾ ਜਿਹੜਾ ਵਸੇਬ ਸੀ, ਉਹਨਾਂ ਦੀ ਜਿਹੜੀ ਰਹਿਤਲ ਸੀ ਉਹ ਕਿਸ ਤਰ੍ਹਾਂ ਦੀ ਸੀ, ਇਸੇ ਰਿਸਰਚ ਦੇ ਵਿੱਚ ਆਪਾਂ ਅੱਜ ਅੱਛੀ ਪਹੁੰਚੇ ਹਾਂ ਜੀ ਚਲਾਰ ਗੁਜਰਾਂ, ਜਿਹਦਾ ਮੌਜੂਦਾ ਨਾਮ ਚਲਾਰ ਬਲਾਕਾ ਸਿੰਘ ਵਾਲਾ ਵੀ ਇਹਨੂੰ ਕਿਹਾ ਜਾਂਦਾ। ਨਨਕਾਣਾ ਸਾਹਿਬ ਜਨਮ ਸਥਾਨ ਗੁਰੂ ਘਰ ਦੇ ਬਿਲਕੁਲ 3 ਕਿਲੋਮੀਟਰ ਦੇ ਫਾਸਲੇ ਦੇ ਉੱਪਰ ਇਹ ਪਿੰਡ ਹੈਗਾ, ਔਰ ਇਸ ਇਲਾਕੇ ਦੀ ਬਹੁਤ ਸਾਰੀ ਜਾਣਕਾਰੀ ਵੀ ਬਜ਼ੁਰਗਾਂ ਕੋਲ ਲਵਾਂਗੇ। ਬਜ਼ੁਰਗੋ, ਕੀ ਹਾਲ ਚਾਲ ਨੇ ਤੁਹਾਡਾ? ਠੀਕ ਹੋ? ਮੈਂ ਠੀਕ ਠਾਕ ਹੈ ਜੀ, ਸ਼ੁਕਰ ਅਲਹਮਦੁਲਿਲਾ, ਹੁਣ ਸਿਆਣੇ ਹੋ ਗਏ। ਨਾਂ ਕੀ ਤੁਹਾਡਾ? ਨਜ਼ਰ ਮੁਹੰਮਦ। ਨਜ਼ਰ ਮੁਹੰਮਦ, ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਸਰਸਰਦੀਨ। ਹਾਂਜੀ, ਸਰਸਰਦੀਨ। ਸੱਤਰ? ਸਰਸਰਦੀਨ। ਅੱਛਾ, ਅਤੇ ਦਾਦਾ ਜੀ ਦਾ? ਦਾਦੇ ਦਾ ਨਾਂ ਸੀ ਖੁਦਾ ਬਖਸ਼। ਖੁਦਾ ਬਖਸ਼, ਹਾਂਜੀ। ਅੱਛਾ, ਬਾਬੇ ਮੇਰੇ 4 ਭਰਾ ਸੀ। ਅੱਛਾ, ਵੱਡਾ ਬਾਬਾ ਮੇਰਾ ਖੁਦਾ ਬਖਸ਼, ਅੱਛਾ, ਛੋਟਾ ਬਾਬਾ ਪੀਰ ਬਖਸ਼, ਹਾਂ, ਛੋਟਾ ਬਾਬਾ ਮਾਂ ਬਖਸ਼, ਅੱਛਾ, ਛੋਟਾ ਬਾਬਾ ਲਾਹੀ, ਅੱਛਾ। ਇਹ ਹਿੰਦੁਸਤਾਨ ਸਾਰੇ ਫੌਟ ਹੋ ਗਏ ਸੀ, ਉੱਥੇ ਫੌਤ ਹੋ ਗਏ, ਇਹਨਾਂ ਦੀਆਂ ਕਬਰਾਂ ਉੱਥੇ ਨੇ, ਉੱਥੇ ਹੀ ਹੈ। ਮਤਲਬ ਕਿ ਤੁਹਾਡਾ ਕਿ ਤੁਸੀਂ ਉਧਰੋਂ ਆਏ ਹੋ? ਉਧਰੋਂ ਆਇਆ। ਉਧਰ ਤੁਹਾਡਾ ਕਿਹੜਾ ਪਿੰਡ ਸੀਗਾ? ਦੌਲਤਪੁਰ ਚੌਂਕ। ਦੌਲਤਪੁਰ ਚੌਂਕ ਸ਼ਹਿਰ ਸੀ ਸਾਡਾ, ਅੱਛਾ, ਪਿੰਡ ਸਾਡਾ ਦੌਲਤਪੁਰ ਸੀ, ਅੱਛਾ, ਤਹਿਸੀਲ ਉਨਾ ਸੀ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਤਹਿਸੀਲ ਉਨਾ, ਤੁਹਾਡਾ ਪਿੰਡ ਸੀ ਦੌਲਤਪੁਰ ਚੌਂਕ, ਪਿੰਡ ਦਾ ਨਾਂ ਸੀ ਦੌਲਤਪੁਰ, ਅੱਛਾ, ਚੌਂਕ ਸਾਡਾ ਸ਼ਹਿਰ ਸੀ, ਸ਼ਹਿਰ ਸੀਗਾ ਤੁਹਾਡਾ। ਹੁਸ਼ਿਆਰਪੁਰ 4 ਟਾਈਮ ਲਾਰੀ 'ਤੇ ਜਾਂਦੇ ਹੁਸ਼ਿਆਰਪੁਰ ਤੋਂ, ਸਾਡੇ ਪਿੰਡ ਸਹੀ ਹੋ ਗਏ ਚੌਂਕ 'ਤੇ, ਉੱਥੇ ਦੁਕਾਨਾਂ ਸੀ 50-60, ਦੋ ਸਕੂਲ ਸੀ, ਅੱਛਾ, ਇੱਕ ਸਰਕਾਰੀ ਹਸਪਤਾਲ ਸੀ, ਡੰਗਰਾਂ ਦੇਣ ਵਾਲਾ ਫਾਟਕ ਸੀ, ਅੱਛਾ, 60-70 ਦੁਕਾਨਾਂ ਸੀਆਂ ਉਸ ਵਕਤ ਦੇ ਵਿੱਚ, ਹਾਂ। ਅੱਛਾ, ਜਿਹੜਾ ਤੁਹਾਡਾ ਦੌਲਤਪੁਰ ਸੀਗਾ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਨਾਲੇ ਜੀ ਦੱਖਣ ਵਾਲੇ ਪਾਸੇ ਲੱਗ ਗਿਆ ਜੀ ਚਲੇਚ। ਚਲੇਚ? ਚਲੇਚ, ਅੱਛਾ, ਉਸਦੇ ਨਾਲ ਅੱਗੇ ਲੱਗ ਗਿਆ ਜੀ ਮਵਾ, ਲੰਬੀ ਮਵਾ, ਚੜ੍ਹਦੇ ਵਿੱਚ ਲੱਗ ਗਿਆ ਡਗੋਹ, ਅੱਛਾ, ਕੁਟਬ ਦੇ ਵਿੱਚ ਲੱਗ ਗਿਆ ਬਬੇੜ, ਅੱਛਾ,
ਲੰਡੇ ਦੇ ਵਿੱਚ ਲੱਗ ਗਿਆ ਬਾੜੀ ਖੱਡ। ਅੱਛਾ, ਇਹ ਸਾਡਾ ਪਿੰਡ, ਤੁਹਾਡਾ ਪਿੰਡ ਆਇਆ ਸੀ? ਸਾਡਾ ਪਿੰਡ ਵਿਚਕਾਰ ਸੀ ਦੌਲਤਪੁਰ। ਅੱਛਾ, ਇਹ ਊਨਾ ਜਿਹੜਾ ਹੁਣ ਪੰਜਾਬ 'ਚ ਹੈ ਕਿ ਨਹੀਂ ਪਤਾ ਕਿ ਹੁਣ ਪੰਜਾਬ 'ਚ ਹੈ? ਹੁਣ ਵੀ ਪੰਜਾਬ 'ਚ? ਹਾਂਜੀ। ਅੱਛਾ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਅਤੇ ਆਪਾਂ ਜਿਹੜੇ ਪਿੰਡ ਬੈਠੇ ਹਾਂ, ਹਾਂਜੀ, ਪਿੰਡ ਦਾ ਕੀ ਨਾਂ ਜੀ? ਇਹਦਾ ਨਸ਼ਾ ਸੀ ਚਲਾਰ ਗੁਜਰਾਂ ਦੀ। ਚਲਾਰ ਗੁਜਰਾਂ ਦੀ? ਹਾਂਜੀ। ਔਰ ਪੁਰਾਣਾ ਨਾਮ ਇਹਦਾ ਕੀ ਸੀ? ਪੁਰਾਣਾ ਸਿੱਖਾਂ ਦਾ ਬਲਾਕਾ ਸਿੰਘ, ਉਹ ਆਬਾਦੀ ਵੱਖਰੀ ਹੈ, ਡੇਢ ਰੁਪਏ। ਅੱਛਾ, ਚਲਾਰ ਬਲਾਕਾ ਸਿੰਘ, ਉਹ ਵੱਖਰੀ ਆਬਾਦੀ? ਚਲਾਰ ਬਲਾਕਾ ਸਿੰਘ, ਬਲਾਕਾ ਸਿੰਘ ਸਿੱਖ ਸੀ। ਅੱਛਾ, ਜਿਸ ਜ਼ਮਾਨੇ 'ਚ ਇਹ ਰਕਬਾ ਆਬਾਦ ਹੋਇਆ ਹੈ, ਉਸ ਵੇਲੇ ਬਲਾਕਾ ਸਿੰਘ ਜਿਹੜਾ ਸਿੱਖ ਸੀ ਉਹ ਮਜਿਸਟਰੇਟ ਸੀ। ਅੱਛਾ, ਇੱਥੇ ਦਾ ਮਜਿਸਟਰੇਟ ਸੀ? ਮਜਿਸਟਰੇਟ ਸੀ। ਚਲਾਰ ਬਲਾਕਾ ਸਿੰਘ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ ਜੀ? ਇਹ ਜੀ ਚਲਾਰ ਬਲਾਕਾ ਸਿੰਘ ਦੇ ਨਾਲ ਜੀ ਹੈਗੇ ਭੱਟੀਆਂ ਦੇ ਪਿੰਡ। ਅੱਛਾ, ਜ਼ਿਆਦਾ ਭੱਟੀਆਂ ਦੇ ਪਿੰਡ? ਭੱਟੀਆਂ ਦੇ ਪਿੰਡ, ਠੱਠਾ ਈਸਾ, ਜਿੱਥੇ ਭੱਟੀ ਬਜ਼ਾ ਹੋਏ ਨੇ। ਹਾਂਜੀ, ਠੱਠਿਆ ਈਸਾ, ਕੋਟ ਹੁਸੈਨ ਦਾ, ਪੱਕਾ, ਮੀਰਪੁਰ, ਖੂਨੀ, ਖੈਰਪੁਰ, ਇਹ ਪਿੰਡ ਭੱਟੀਆਂ ਦੇ ਸਾਰੇ। ਤਲਵੰਡੀ ਹੈ? ਹਾਂਜੀ, ਤਲਵੰਡੀ ਵੀ ਇਹਦੀ ਲਾਗੀ ਪੈਂਦੀ ਹੈ? ਇਹ ਤਲਵੰਡੀ ਜਿਹੜੀ ਹੈ ਇਹ ਠੱਠੇ ਈਸੇ ਦੇ ਨਾਲ ਵੱਡੇ ਪਾਸੇ। ਅੱਛਾ, ਹੁਣ ਵੀ ਤਲਵੰਡੀ ਵੀ ਹੈ? ਹਾਂਜੀ, ਤਲਵੰਡੀ। ਅਤੇ ਨਨਕਾਣਾ ਸਾਹਿਬ ਕਿੰਨਾ ਦੂਰ ਹੈ? ਨਨਕਾਣਾ ਸਾਹਿਬ ਸਿੱਖਾਂ ਦਾ ਸੀ। ਅੱਛਾ, ਸਹੀ। ਇਹ ਇੱਥੇ ਵੀ ਬਾਜੀ, ਇਹ ਟਿੱਬਾ ਹੈ, ਇਹ ਸਾਰੀ ਆਬਾਦੀ ਸੀ। ਤਲਵੰਡੀਆਂ ਵੀ ਸਾਰੀ ਆਬਾਦੀ ਸੀ। ਸਹੀ। ਉਸ ਵੇਲੇ ਹੋਰ ਇਹ ਜੰਗਲ ਸੀ। ਬਜ਼ੁਰਗੋ, ਤੁਹਾਡੀ ਹੁਣ ਉਮਰ ਕਿੰਨੀ ਹੈਗੀ ਹੈ? ਮੇਰੀ ਉਮਰ ਜੀ ਕੋਈ 90 ਸਾਲ ਕੋਲ 2-3 ਸਾਲ ਉੱਤੇ ਹੋ ਗਈ ਹੈ। 90 ਤੋਂ 2-3 ਸਾਲ ਉੱਪਰ ਹੋ ਗਈ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਉੱਥੇ ਪਿੰਡ ਸੀਗਾ ਦੌਲਤਪੁਰ, ਤੁਸੀਂ ਕਿਹਾ ਉਹਨਾਂ ਦੇ ਵਿੱਚ ਪਿੰਡ ਸੀ ਦੌਲਤਪੁਰ? ਹਾਂ, ਤਸੀਲ ਚੌਂਕ ਸਾਡਾ ਸ਼ਹਿਰ ਸੀ। ਅੱਛਾ, ਠੀਕ ਹੋ ਗਿਆ। ਉੱਥੇ 4 ਸੜਕਾਂ ਪੈਂਦੀਆਂ ਸੀਆਂ। ਇਹ ਚਲੀ ਗਈ, ਇਹ ਚਲੀ ਗਈ ਗੁਰਦਾਸਪੁਰ। ਅੱਛਾ, ਇਹ ਚਲ ਗਈ ਢੋਲ ਬਹਿਰ ਨੂੰ, ਇਹ 2 ਕਾਂਗੜੇ ਨੂੰ ਚੜ੍ਹ ਗਈਆਂ, ਇਹ ਹੁਸ਼ਿਆਰਪੁਰ ਤੋਂ ਗਈ ਸੀ ਜੀ। ਅੱਛਾ, 4 ਟਾਈਮ ਲਾਰੀ ਜੇ ਸਾਡੇ ਪਿੰਡ ਜਾਂਦੇ ਸੀ ਰੋਜ਼। ਸਹੀ ਹੋ ਗਿਆ। ਉਧਰੋਂ ਲੈ ਕੇ ਬੰਦੇ ਜਾਂਦੇ ਸੀ ਤੇ ਲੈ ਕੇ ਆਉਂਦੇ ਸੀ। ਤੁਹਾਡਾ ਪਿੰਡ ਕਿੱਦਾਂ ਦਾ ਸੀ? ਉੱਥੇ ਵਸੇਬ ਕਿਸ ਤਰ੍ਹਾਂ ਦਾ ਸੀ? ਕੌਣ ਕੌਣ ਲੋਕ ਉੱਥੇ ਰਹਿੰਦੇ ਸੀਗੇ? ਜ਼ਿਆਦਾ ਜੀ ਸਾਡੀ 4 ਆਬਾਦੀਆਂ ਸਾਡੀਆਂ ਗੁਜਰਾਂਦੀਆਂ ਸੀ। ਅੱਛਾ, ਗੁਜਰਾਂਦੀਆਂ ਤੁਹਾਡੀਆਂ 4 ਆਬਾਦੀਆਂ? 4 ਆਬਾਦੀਆਂ। ਠੀਕ ਹੋ ਗਿਆ। ਜਿਹਦੇ 'ਚ ਸਾਡੀ ਆਬਾਦੀ 'ਚ ਇੱਥੇ ਘਰ 30 ਘਰ ਸੀ ਗੁਜਰਾਂ? 30 ਘਰ ਸਾਡੇ ਗੁਜਰ ਦੇ ਸਾਡੀ ਆਬਾਦੀ 'ਚ। ਸਹੀ ਹੋ ਗਿਆ। ਉਸਦੇ ਨਾਲ ਸੀ ਗਿਲਟ ਪੰਗਾ, ਉੱਥੇ ਵੀ 6-18-20 ਘਰ ਗੁਜਰਾਂ ਦੇ। ਅੱਛਾ, ਨੀਲਾ ਬੇੜਾ ਸੀ, ਉਹਨੂੰ ਨੀਲਾ ਬੇੜਾ ਕਹਿੰਦੇ ਸੀ, ਉੱਥੇ ਸੀ 15-16 ਘਰ। ਸਾਹਮਣੇ ਚਰਬੜੀ ਸੀ, ਉੱਥੇ ਵੀ 10-12 ਘਰ ਸੀ। ਇਹ 4 ਆਬਾਦੀਆਂ ਗੁਜਰਾਂ ਦੀਆਂ ਸੀ। ਇੱਕ ਆਬਾਦੀ ਚਮਾਰਾਂ ਦੀ ਸੀ। ਅੱਛਾ, ਇੱਕ ਪੰਡੋਰੀਆਂ ਦੀ ਸੀ, ਇੱਕ ਚੰਗਾਂ ਦੀ ਸੀ। ਅੱਛਾ, ਬਾਹਮਣਾਂ ਦੀ ਸੀ। ਸਹੀ ਹੋ ਗਿਆ। ਅਤੇ ਅੱਗੇ ਰਾਜਪੂਤਾਂ ਦੀ ਆਬਾਦੀ ਜ਼ਿਆਦਾ ਰਾਜਪੂਤਾਂ ਦੀ ਸੀ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਹਿੰਦੂ ਜਾਂ ਸਿੱਖ ਵੀ ਰਹਿੰਦੇ ਸੀ? ਸਿੱਖ ਕੋਈ ਨਾ ਸੀ। ਹਿੰਦੂ ਹੈਗੇ ਸੀ? ਹਿੰਦੂ ਸੀ ਸਾਰੇ। ਅੱਛਾ, ਰਾਜਪੂਤ ਵੀ ਹਿੰਦੂ, ਚਾਗ ਵੀ ਹਿੰਦੂ, ਪੰਡੋਰੀਏ ਵੀ ਹਿੰਦੂ। ਅੱਛਾ, ਉਹਨਾਂ ਦੀ ਕੌਮ ਜੀ ਸੀ। ਅੱਛਾ, ਲੇਕਿਨ ਉਹਨਾਂ ਨੇ ਕੌਮ ਆਪ ਪੰਡੋਰੀਏ, ਚਾਗ, ਰਾਜਪੂਤ, ਅੱਛਾ, ਬਾਹਮਣ। ਅੱਛਾ, ਇਹ ਕੌਮਾਂ ਸੀਆਂ। ਅੱਛਾ, ਠੀਕ ਹੋ ਸਾਰਾ ਪਤਾ। ਆਪਸ ਦੇ ਵਿੱਚ ਕਦੀ ਉੱਥੇ ਹਿੰਦੂਆਂ ਦਾ, ਤੁਹਾਡਾ ਗੁਜਰਾਂ ਦਾ, ਕਦੀ ਕੋਈ ਲੜਾਈ ਝਗੜਾ ਕੋਈ ਵਸੇਬ ਕਰਕੇ ਨਹੀਂ ਸੀ ਹੁੰਦਾ? ਨਹੀਂ ਸੀ ਹੁੰਦਾ, ਨਹੀਂ ਸੀ। ਉੱਥੇ ਮੰਦਰ ਵੀ ਹੈਗਾ ਸੀ? ਮੰਦਰ ਸਾਡੇ ਪਿੰਡ 'ਚ ਨਹੀਂ, ਕੋਈ ਵੀ ਨਹੀਂ। ਇੱਕ ਸੀ ਬੇਈ ਪਰ। ਅੱਛਾ, ਉੱਥੇ ਮੇਲਾ ਵਿਸਾਖੀ ਵਾਲੇ ਲੱਗਦਾ ਸੀ। ਅੱਛਾ, ਵਿਸਾਖੀ ਵਾਲੇ ਦਿਨ ਮੇਲਾ ਲੱਗਦਾ ਸੀ, ਉਹ ਸੀ ਮੰਦਰ ਹਿੰਦੂਆਂ ਦਾ ਮੰਦਰ ਹੈਗਾ। ਉਹ ਸਾਡੇ ਪਿੰਡ ਸੀ, ਇਹ ਬਵੇੜ, ਇਹ ਦੌਲਤਪੁਰ, ਇਹ ਇਹਨਾਂ ਦਾ ਜੁੜ ਗਿਆ। ਇੱਥੇ ਮੰਦਰ ਸੀ, ਮੰਦਰ ਹੈ। ਹਾਂਜੀ, ਉੱਥੇ ਮੇਲਾ ਲੱਗਦਾ ਸੀ ਵਿਸਾਖੀ ਵਾਲੇ ਦਿਨ, ਅਸੀਂ ਮੇਲਾ ਦੇਖਦੇ ਹੁੰਦੇ ਸੀ। ਅੱਛਾ, ਹਾਂਜੀ। ਅਤੇ ਮਸੀਤ ਹੈਗੀ ਸੀ? ਤੁਹਾਡਾ ਘਰ ਕਿਹੜੇ ਪਾਸੇ ਸੀਗਾ? ਸਾਡਾ ਘਰ ਸੀ ਜੀ ਮਸੀਤ, ਸਾਡੀ ਜਿਹੜੀ ਸੀ ਈਦ ਮਸੀਤ, ਸਾਡੀ 3 ਪਿੰਡਾਂ ਦੀ ਇੱਕ ਸੀ। ਅੱਛਾ, ਚੌਂਕ ਦੇ ਨਾਲ, ਸ਼ਹਿਰ ਦੇ ਨਾਲ ਅੱਗੇ 3 ਪਿੰਡ ਇਕੱਠੇ ਹੋ ਕੇ ਈਦ ਪੜ੍ਹਦੇ ਸੀ ਉੱਥੇ। ਅੱਛਾ, ਇਕੱਠੀ? ਹਾਂਜੀ। ਅਤੇ ਬਾਕੀ ਜਿਹੜੀਆਂ ਆਬਾਦੀਆਂ ਸੋ ਆਪੋ ਆਪਣੀਆਂ ਮਸੀਤਾਂ ਛੋਟੀਆਂ ਛੋਟੀਆਂ ਬਣੀਆਂ ਹੈਗੀ ਸੀ। ਅਤੇ ਵੱਡੀ ਮਸੀਤ ਸਾਡੀ ਈਦ ਮਸੀਤ ਜਿਹੜੀ ਹੈ ਨਾ, ਉਹ 3 ਪਿੰਡਾਂ ਦੀ ਇਕੱਠੇ ਹੋ ਕੇ ਪੜ੍ਹਦੇ ਸੀ। ਕਦੀ ਇੱਦਾਂ ਤਾਂ ਨਹੀਂ ਹੋਇਆ ਕਿ ਬਾਕੀ ਜਿਹੜੇ ਤੁਹਾਡੇ ਨਾਲ ਰਹਿੰਦੇ ਸੀ ਉਹਨਾਂ ਨੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਈਦ ਦਾ ਦਿਨ ਦੱਸਿਆ ਜਾਂ ਬਾਕੀ ਦਿਨ ਦੱਸੇ, ਅਤੇ ਉਹਨਾਂ ਨੇ ਤੁਹਾਨੂੰ ਰੋਕਿਆ ਹੋਵੇ, ਜਾਂ ਜਿੱਦਾਂ ਹੁਣ ਈਦ ਆ ਰਹੀ ਹੈ, ਹਾਂਜੀ, ਜਾਂ ਵਿਸਾਖੀ ਗੁਜ਼ਰ ਚੁੱਕੀ ਹੈ, ਹਾਂਜੀ, ਜਾਂ ਇਸੇ ਤਰ੍ਹਾਂ ਕੋਈ ਹਿੰਦੂਆਂ ਦੇ ਤਿਉਹਾਰ ਆਉਣੇ, ਅਤੇ ਉਹ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਣਾ? ਨਹੀਂ, ਉਸੇ ਕੋਈ ਨਹੀਂ ਸੀ, ਰਲ ਕੇ ਵੱਸਦੀ ਸੀ ਦੁਨੀਆ, ਰਲ ਕੇ ਵੱਸਦੀ ਸੀ।
ਕੋਈ ਝਗੜਾ ਝਾਂਗਾ ਕੋਈ ਤਫਰਕਾ ਨਹੀਂ ਸੀ ਕੋਈ ਤਫਰਕਾ ਨਹੀਂ ਸੀ ਪਹਿਲੀਆਂ ਨਾਲੋਂ ਨਾਲ ਉਹਨਾਂ ਦੀਆਂ ਨਾਲੋਂ ਨਾਲ ਸਾਡੀਆਂ ਨੇ ਉੱਥੇ ਪਿੰਡ 'ਚ ਕਿਸੇ ਨੂੰ ਜਾਣਦੇ ਹੋ ਕਿਸੇ ਜਿਸ ਤਰ੍ਹਾਂ ਤੁਸੀਂ ਹਿੰਦੂਆਂ ਦੀਆਂ ਕੁਛ ਆਬਾਦੀਆਂ ਦੱਸੀਆਂ ਉਹਨਾਂ 'ਚ ਕੋਈ ਨਾਮ ਚੇਤੇ ਆ ਤੁਹਾਨੂੰ ਹਾਂਜੀ ਕੌਣ ਕੌਣ ਉਹਨਾਂ ਦੇ ਨਾਮ ਜੀ ਹੁਣ ਭੁੱਲ ਗਏ ਜ਼ਿਆਦਾ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਡੋਲੀ ਵਾਲੇ ਅੱਛਾ ਰਾਮਦਾਸ ਕਪਤਾਨ ਰਾਮਨਾਥ ਕਪਤਾਨ ਕਪਤਾਨ ਫੌਜ ਦੇ ਵਿੱਚ ਸੀ ਪੈਨਸ਼ਨ ਹੋ ਕੇ ਘਰ ਆ ਗਿਆ ਸੀ ਅੱਛਾ ਉਹਦੇ ਬੇਟੇ ਹੁੰਦੇ ਸੀ ਦੋ ਵੱਡਾ ਜਗਦੀਸ਼ ਅੱਛਾ ਛੋਟਾ ਬਿਕਰਮ ਉਹ ਸਾਡਾ ਹਾਣੀ ਸੀ ਅਸੀਂ ਇਕੱਠੇ ਖੇਡਦੇ ਹੁੰਦੇ ਸੀ ਖੇਡਦੇ ਸੀ ਹਾਂਜੀ ਬਿਕਰਮ ਅੱਛਾ ਅਤੇ ਗੁਰੂ ਹੁੰਦਾ ਸੀ ਬਖਸ਼ੀ ਮਾਸਟਰ ਦਾ ਬੇਟਾ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਆਰੀਆ ਸਕੂਲ ਦੇ ਵਿੱਚ ਆਰੀਆ ਸਕੂਲ ਦੇ ਵਿੱਚ ਸਹੀ ਮੇਰਾ ਉਹਦਾ ਜੁੱਟ ਹੁੰਦਾ ਸੀ ਅੱਛਾ ਹਾਂਜੀ ਉਹਦਾ ਕੰਮ ਸੀ ਗੁਰੂ ਦਾ ਮੇਰੀ ਰੋਟੀ ਗਈ ਉਹਨੂੰ ਖਾ ਲੈਣੀ ਆ ਕੇ ਮੈਂ ਕਹਿੰਦਾ ਹੁਣ ਮੇਰੀ ਰੋਟੀ ਤਾਂ ਆਪਣੀ ਮੀਲ ਤੋਂ ਸ਼ਾਮ ਨੂੰ ਉਹਨੇ ਕਹਿਣਾ ਚੱਲ ਘਰ ਚੱਲ ਜਾਣਾ ਘਰ ਉਹਨੇ ਚੱਲ ਜਾਣਾ ਉਹਦੀ ਮਾਈ ਦਾ ਨਾਲ ਸੀ ਉਮਰੀ ਗੁਜਰੀ ਨੇ ਪਾਲੀ ਸੀ ਨਾ ਗੁਜਰੀ ਨੇ ਰੱਖਿਆ ਸੀ ਉਮਰੀ ਅੱਛਾ ਉਹਦਾ ਨਾਂ ਸੀ ਬਖਸ਼ੀ ਜਲੰਧਰ ਦੇ ਸੀ ਹਾਂਜੀ ਜਲੰਧਰ ਦੇ ਸੀ ਅੱਛਾ ਉਹਨੇ ਮੈਂ ਕਹਿਣਾ ਚੱਲ ਘਰ ਨੂੰ ਚੱਲ ਗਏ ਉਹਦੀ ਮਾਈ ਨੇ ਸਾਨੂੰ ਰੋਟੀ ਪਾ ਦੇ ਦੇਣੀ ਅਸੀਂ ਦੋਵਾਂ ਇਕੱਠਿਆਂ ਬਹਿ ਕੇ ਉੱਥੇ ਵੀ ਇਕੱਠਿਆਂ ਕਰ ਲੈਣੀ ਬੜਾ ਪਿਆਰ ਹੁੰਦਾ ਸੀ ਗੁਰੂ ਦਾ ਤਾਂ ਮੇਰਾ ਬਹੁਤ ਪਿਆਰ ਸੀ ਅੱਛਾ ਘੁਲਣਾ ਸੀ ਇੱਕ ਦੂਜੇ ਮਾਰ ਘੁਲਣਾ ਭਲਵਾਨ ਹੋ ਹਾਂਜੀ ਕਿਆ ਬਾਤ ਹੈ ਬਜ਼ੁਰਗ ਉਹਦੇ ਚੰਗੀ ਭਲੀ ਸੀ ਹਿੰਮਤ ਸੀ ਅੱਛਾ ਹੁਣ ਤਾਂ ਬਸ ਹੋ ਗਈ ਬੁੱਢੇ ਹੋ ਗਏ ਘੁਲਦੇ ਸੀ ਉਸ ਵੇਲੇ ਉਸ ਵਿੱਚ ਅਸੀਂ ਫਿਰ ਭਲਵਾਨ ਬੜੇ ਬੜੇ ਸਾਡੇ ਹੁੰਦੇ ਸੀ ਉਹਨਾਂ ਕੋਲ ਡੰਗਰ ਹੁੰਦਾ ਸੀ ਉਹਨਾਂ ਕੋਲ ਜਾਣਾ ਉਹਨਾਂ ਸਾਨੂੰ ਘੁਲਾਉਣਾ ਆਪਸ ਵਿੱਚ ਅੱਛਾ ਹਾਂਜੀ ਛਿੰਝਾਂ ਵਿੱਚ ਛੋਟੀਆਂ ਜੋੜਾਂ ਸਾਨੂੰ ਉਠਾਲ ਰਹੇ ਘੁਲਣ ਅੱਛਾ ਚੰਗੀ ਹਿੰਮਤ ਸੀ ਇਹ ਭਰਾ ਮੇਰਾ ਮੇਤੋ ਛੇਟਾ ਛੇ ਸਾਲ ਛੋਟਾ ਮੇਤੋ ਅੱਛਾ ਛੇ ਸਾਲ ਛੋਟਾ ਇਹਨਾਂ ਦਾ ਜਨਮ ਵੀ ਉੱਥੇ ਹੀ ਹੋਇਆ ਨੌਵਾਂ ਸਾਲਾਂ ਦਾ ਸੀ ਦੂਸਰੀ ਪੜ੍ਹਦਾ ਸੀ ਚੌਂਕ ਦੇ ਅੱਛਾ ਬਜ਼ੁਰਗੋ ਤੁਸੀਂ ਵੀ ਆ ਜਾਓ ਇੱਥੇ ਹੀ ਆ ਜਾਓ ਕੋਈ ਨਹੀਂ ਮੈਂ ਠੀਕ ਨਹੀਂ ਆ ਜਾਓ ਗੱਲਾਂ ਕਰਦੇ ਨਾ ਆ ਜਾਓ ਤੁਸੀਂ ਇਹ ਮੇਤੋ 6 ਸਾਲ ਛੋਟਾ ਤੁਹਾਡੇ ਤੋਂ 6 ਸਾਲ ਛੋਟਾ ਹਾਂਜੀ ਮਾਈ ਅਸੀਂ ਇਕਲੇ ਆ ਮੇਰਾ ਪਿਓ ਫੋਟ ਹੋ ਗਿਆ ਸੀ ਅੱਛਾ ਚਾਚੇ ਦਾ ਨਿਕਾਹ ਕਰ ਲਿਆ ਸੀ ਇਹ ਹੋਇਆ ਅੱਛਾ 6 ਸਾਲ ਮੇਤੋ ਛੋਟਾ ਹੈ 6 ਸਾਲ ਤੁਹਾਡੇ ਤੋਂ ਛੋਟਾ ਵਾ ਠੀਕ ਹੋ ਗਿਆ ਅੱਛਾ ਇਹ 9 ਸਾਲਾਂ ਦਾ ਸੀ ਭਲੇ ਦੂਸਰੀ ਪੜ੍ਹਦਾ ਸੀ ਅੱਛਾ ਅਤੇ ਮੈਂ ਪਸ਼ੂ ਚਾਰਦਾ ਸੀ ਜਾਂ ਬਾਈ ਕੱਢਦਾ ਹਲ ਕੱਢਦਾ ਸੀ ਬਸ ਮੇਰਾ ਇਹ ਕੰਮ ਸੀ ਤੁਹਾਡਾ ਅਤੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ ਮੇਰਾ ਵਾਲਦ ਸਾਹਿਬ ਕਰਦਾ ਸੀ ਵਪਾਰ ਬੱਕਰੀਆਂ ਦਾ ਵਪਾਰ ਕਰਦਾ ਕਾਂਗੜੇ 'ਚੋਂ ਖਰੀਦਣੀਆਂ ਉਸ ਬੱਕਰੇ ਵਿੱਚ ਜਿਹੜਾ ਰੁਪਈਆ 1.5-1.25 ਦਾ ਬੱਕਰਾ ਚੰਗਾ ਆਉਂਦਾ ਸੀ ਕਾਂਗੜੇ 'ਚੋਂ ਬੱਕਰੀਆਂ ਲੈ ਕੇ ਆਇਆ ਅੱਛਾ ਗਗੜੇ 'ਚ ਹੀ ਲੰਘਿਆ ਉੱਥੇ ਡਾਕੀ ਦੀ ਬਿਮਾਰੀ ਸੀ ਉਹ ਡਾਕੀ ਦੀ ਬਿਮਾਰੀ ਨਾਲ ਨਾਨੀ ਫੌਟ ਹੋ ਗਈ ਉੱਥੇ ਰੋਜ਼ ਦੇ ਬੰਦੇ 8-10 ਮਰਦੇ ਸੀ ਡਾਕੇ ਦੀ ਬਿਮਾਰੀ ਦਰਦ ਹੁੰਦੀ ਸੀ ਪੇਟ ਉਹਨੂੰ ਡਾਕੀ ਦੀ ਬਿਮਾਰੀ ਕਹਿੰਦੇ ਸੀ ਅੱਛਾ ਉਹ ਫਿਰ ਮੇਰੇ ਪਿਓ ਨੇ ਉੱਥੋਂ ਲੰਘਣ ਲੱਗੇ ਉਹਨੇ ਕਹਿਣ ਲੱਗਾ ਗੁਲਾਮੀ ਤੂੰ ਬੱਕਰੇ ਗੁਲਾਮੀ 6-46 'ਚ ਹੁਣ ਮਰਿਆ 20 ਸਾਲ ਹੋ ਗਏ ਅੱਛਾ ਇਹ ਦੋਵੇਂ ਬੱਕਰੀਆਂ 80 ਬੱਕਰੀਆਂ ਸੀਆਂ ਉੱਥੇ ਲੰਘਣ ਲੱਗਿਆ ਉਹਨੇ ਕਿਹਾ ਗੁਲਾਮੀ ਤੂੰ ਡੱਕ ਬੱਕਰੀਆਂ ਮੈਂ ਨਾਨੇ ਦੀ ਫਾਜ਼ਾ ਆਖਿਆ ਵਾਂ ਅੱਛਾ ਉਹ ਫਾਜ਼ਾ ਖੜਗਾ ਮਾਮੀ ਆਟਾ ਗੁੰਨਣ ਲੱਗੀ ਸਵੇਰ ਦਾ ਟਾਈਮ ਸੀ ਰੋਟੀ ਪਕਾ ਦਿੰਦੇ ਹਾਂ ਉਹਨੇ ਕਿਹਾ ਮਾਮੀ ਰੋਟੀ ਨਾ ਪਕਾ ਅੱਛਾ ਰੋਟੀ ਅਸੀਂ ਦੁਪਹਿਰ ਜਾਣੀ ਮੰਗੂਆ ਸਾਡੇ ਕੋਲ ਬੱਕਰੀਆਂ ਉੱਥੇ ਸ਼ਾਮੇ ਬਾਵਾਂਗੇ ਉੱਥੇ ਰੋਟੀ ਖਾ ਲਾਂਗੇ ਅੱਛਾ ਉਹ ਮਾਮੀ ਨੇ ਆਟਾ ਬੰਨ ਦਿੱਤਾ ਨਾਲ ਗੁੜ ਬੰਨ ਦਿੱਤਾ ਤੰਦੂਰ 'ਚ ਤੁਸੀਂ ਲਵਾ ਕੇ ਰੋਟੀ ਖਾ ਲੈ ਤੰਦੂਰ ਰੋਟੀਆਂ ਖਾਧੀਆਂ ਮੰਗੂਆ ਆ ਕੇ ਉੱਥੇ ਰੋਟੀ ਖਾਧੀ ਪੇਟ 'ਚ ਦਰਦ ਸ਼ੁਰੂ ਹੋ ਗਈ ਗੁਲਾਮੀ ਮੇਰੇ ਪੇਟ 'ਚ ਦਰਦ ਸ਼ੁਰੂ ਹੋ ਗਈ ਉਹਨੇ ਕਹਿੰਦਾ ਦੁੱਧ ਕੀ ਹੁਣ ਤਾਂ ਡਾਕਟਰਾਂ ਕੋਲ ਨੱਠ ਦੇ ਉਹਨੇ ਕਿਹਾ ਚੱਲ ਕੇ ਹੁਸ਼ਿਆਰਪੁਰ ਸੋਢੇ ਦੀ ਬੋਤਲ ਵੀ ਹਮਦਰਦ ਹਟ ਜਾਏਗੀ ਅੱਛਾ ਉੱਥੋਂ ਬੱਕਰੀਆਂ ਹੱਕੀਆਂ ਹੁਸ਼ਿਆਰਪੁਰ ਗਏ ਨੇ ਸੋਢਾ ਪੀਤਾ ਸੋਢੇ ਦੀ ਬੋਤਲ ਨਹੀਂ ਹਟੀ ਉੱਥੋਂ ਬੱਕਰੀਆਂ ਹੱਕ ਲਈਆਂ ਆਦਮਪੁਰ ਆ ਗਏ ਨੇ ਜਲੰਧਰ ਦੇ ਸ਼ਹਿਰ ਤੋਂ ਪਰੇ 5-6 ਮੀਲ ਪੈਂਦਾ ਹੈ ਆਦਮਪੁਰ ਸ਼ਹਿਰ ਉਹ ਸਿੱਖਾਂ ਦਾ ਸਾਰਾ ਸ਼ਹਿਰ ਉੱਥੇ ਮੇਰਾ ਪਿਓ ਉੱਥੇ ਗੁਲਾਮੀ ਬੱਕਰੀਆਂ ਲੈ ਕੇ ਆ ਗਏ ਰਾਤ ਦੇ 10 ਵਜੇ ਅਤੇ ਮੇਰੇ ਪਿਓ ਨੇ ਦਮ ਦੇ ਦਿੱਤੇ ਮੈਂ ਤਾਂ ਸਾਰਾ 10 ਮਹੀਨਿਆਂ ਦਾ ਮੈਂ ਤਾਂ ਸੁਣੀਆਂ ਗੱਲਾਂ ਨੇ ਅੱਛਾ ਮੈਂ ਤਾਂ ਸਾਰਾ 10 ਮਹੀਨਿਆਂ ਦਾ ਅੱਛਾ ਉਸ ਵੇਲੇ ਜ਼ਾਹਰ ਆ ਤੁਹਾਡੇ ਵਾਲਦ ਸਾਹਿਬ ਤਾਂ ਫੌਤ ਹੋ ਗਏ ਸੀ ਬਹੁਤ ਚਿਰ ਪਹਿਲਾਂ ਤੁਹਾਡਾ ਕਾਰੋਬਾਰ ਕੰਮ ਕਾਰੋਬਾਰ ਕੀ ਹੁੰਦਾ ਸੀ ਕੁਛ ਵੀ ਨਹੀਂ ਸੀ ਆਪਣਾ ਜ਼ਮੀਨ ਦੀ ਮੋਟਾਈ ਠੇਕਾ ਜਿਹੜਾ ਆ ਗਿਆ ਅੱਛਾ ਖਾਂਦੇ ਪੀਂਦੇ ਸੀ ਬਸ ਉਹ ਉਹਦੇ ਨਾਲ ਗੁਜ਼ਾਰਾ ਚੱਲਦਾ ਸੀ
ਠੀਕ ਹੋ ਗਿਆ। ਅੱਛਾ ਤੁਸੀਂ ਕੁਛ ਨਾਮ ਲੈ ਰਹੇ ਸੀ, ਦੋ ਤਿੰਨ ਪਰਿਵਾਰਾਂ ਦੇ ਨਾਮ ਤੁਸੀਂ ਲਏ, ਹੋਰ ਇਸ ਤੋਂ ਇਲਾਵਾ ਜਿਵੇਂ ਪਿੰਡ ਦਾ ਕੋਈ ਨੰਬਰਦਾਰ ਹੁੰਦਾ, ਕੋਈ ਜੈਲਦਾਰ ਹੁੰਦਾ? ਲੰਬਰਦਾਰ ਸੀ ਜੀ ਆਗਿਆ ਰਾਮ, ਆਗਿਆ ਰਾਮ ਕਪਤਾਨ, ਰਣ ਸਿੰਘ ਦਾ ਪੁੱਤਰ ਵੱਡਾ ਸੀ ਕਪਤਾਨ। ਅੱਛਾ ਜਿਹੜਾ ਤੁਹਾਨੂੰ ਦੱਸਿਆ ਛੋਟਾ ਸੀ ਨੱਥਾ ਸਿੰਘ, ਨੱਥਾ ਸਿੰਘ ਹੋ ਗਿਆ, ਅਤੇ ਬਸ਼ੀਰ ਸਿੰਘ ਸੀ ਉਹਨਾਂ ਦਾ ਚਾਚਾ। ਅੱਛਾ ਰਣ ਸਿੰਘ ਸੀ ਉਹਨਾਂ ਦਾ ਪਿਓ। ਅੱਛਾ ਨਾਲ ਸੀ ਗੁਰਦੁਆਰਿਆਂ ਦੇ ਘਰ, ਅਤੇ ਉਹਨਾਂ ਦੇ ਹੁਣ ਨਾਂ ਭੁੱਲ ਗਏ ਨੇ। ਚਲੋ ਜਿਹੜੇ ਜਿਹੜੇ ਯਾਦ ਆ ਦੱਸੀ ਜਾਓ। ਅਤੇ ਬਾਹਮਣ ਹੁੰਦੇ ਸੀ, ਮੋਟੀ ਬਾਹਮਣ ਹੁੰਦਾ ਸੀ, ਆਰੀਆ ਸਕੂਲ ਦੇ ਨਾਲ ਉਹਦੀ ਦੁਕਾਨ ਹੁੰਦੀ ਸੀ ਮਠਿਆਈ ਜੀ। ਅੱਛਾ ਸਾਡੀ ਕੁੱਲੀ ਹੁੰਦੀ ਸੀ, ਬਹਿਕ ਹੁੰਦੀ ਸੀ, ਮੈਂ ਉੱਥੇ ਰਹਿੰਦਾ ਸੀ। ਅੱਛਾ ਦਿਨ ਰਾਤ ਡੰਗਰ ਉੱਥੇ ਬਹਿਕ 'ਤੇ ਬੰਨੇ, ਅਤੇ ਮੁਖਤੀ ਬਾਹਮਣ ਨੇ ਮੈਨੂੰ ਪਕੌੜੇ ਬੜੇ ਖਿਲਾਉਣੇ। ਅੱਛਾ ਉਹਨੇ ਮੈਨੂੰ ਆਵਾਜ਼ ਮਾਰਨੀ, ਨਜ਼ਰ ਰਿਹਾ ਮੈਂ ਹਾਂਜੀ, ਉਹ ਰੋਟੀ ਨਾਲ ਹੈ ਕੋਈ ਖਾਲੀ ਹੈ? ਮੈਂ ਕਹਿਣਾ ਜੀ ਖਾਲੀ ਹੈ ਭਾਵੇਂ ਹੋਵੇ, ਮੈਂ ਕਹਿਣਾ ਖਾਲੀ ਹੈ, ਆਹ ਨੱਠ ਕੇ ਮੈਂ ਜਾਣਾ। ਉਹਨੇ ਮੈਨੂੰ ਪਕੌੜੇ ਪਾ ਦੇਣੇ ਡੂਨੇ 'ਚ, ਉੱਤੇ ਖੱਟਾ ਪਾ ਦੇਣਾ, ਜਾਂ ਰੋਟੀ ਨਾਲ ਖਾ ਲੈ ਲਾਗੇ, ਮੈਂ ਪਾਸੇ ਬਹਿ ਕੇ ਜਾ। ਮੋਟੀ ਬਾਬੂ ਨੇ ਬੜੇ ਪਕੌੜੇ ਖਿਲਾਏ ਮੈਨੂੰ, ਉਹਦੇ ਭਰਾ ਦਾ ਬੜੇ ਨਾਮ ਦਾ ਠਾਕਰ ਦਾਸ। ਅੱਛਾ ਮੋਟੀ ਦੀ ਔਲਾਦ ਕੋਈ ਨਾ ਸੀ। ਅੱਛਾ ਠਾਕਰ ਦਾਸ ਦੇ ਦੋ ਪੁੱਤਰ ਸੀ, ਉਹ ਚੌਂਕ ਦੇ ਵਿੱਚ ਕੱਪੜੇ ਦੀ ਦੁਕਾਨ ਸੀ, ਇੱਕ ਦੀ ਕਰਿਆਨੇ ਦੀ ਦੁਕਾਨ ਸੀ ਠਾਕਰ ਦਾਸ ਦੇ ਪੁੱਤਾਂ ਦਾ। ਅੱਛਾ ਅਤੇ ਮੋਟੀ ਦੀ ਔਲਾਦ ਕੋਈ ਨਾ ਸੀ, ਉਹਦੇ ਕੋਲ ਕਾਲੀਆ ਸਕੂਲ ਦੇ ਨਾਲ ਮਿਠਾਈ ਦੀ ਦੁਕਾਨ ਸੀ। ਅੱਛਾ ਸਹੀ ਹੋ ਗਿਆ। ਹਾਂਜੀ ਅਤੇ ਬਖਸ਼ੀ ਮਾਸਟਰ ਸੀ ਜਲੰਧਰ ਦਾ। ਅੱਛਾ ਬੀਰਬਲ ਹੈਡ ਮਾਸਟਰ ਸੀ, ਉਹ ਅੱਲਾ ਜਾਣੇ ਕਿ ਸਿੱਖ ਦੂਆ ਸੀ, ਖੱਤਰੀ ਸੀ ਜਾਂ ਰਾਜਪੂਤ ਸੀ, ਚੰਗਾ ਮੋਟਾ ਜਿਹਾ ਹੁੰਦਾ ਸੀ। ਉਹਦੇ ਦਾਹ ਦੋ ਬੇਟੇ ਹੋਏ ਸੀ, ਉਹ ਜਿਹੜਾ ਹੈਡ ਮਾਸਟਰ ਸੀ ਨਾ ਬੀਰਬਲ, ਉਹਦੇ ਦੋ ਬੇਟੇ ਹੋਏ ਸੀ, ਉਹਨਾਂ ਦੇ ਨਾਂ ਰੱਖੇ ਸੀ, ਇੱਕ ਦਾ ਮਾੜੂ ਇੱਕ ਮੱਦੀ। ਮਾੜੂ ਅਤੇ ਮੱਦੀ, ਮੱਦੀ ਦੋ ਨਾਂ, ਅਸੀਂ ਸਾਨੂੰ ਪਤਾ ਨਹੀਂ ਲੱਗਾ ਵੀ ਮਾੜੂ ਕਿਹੜਾ ਅਤੇ ਮੱਦੀ ਕਿਹੜਾ, ਐਡੇ ਐਡੇ ਸੀ। ਅੱਛਾ ਜੇ ਅਸੀਂ ਆਵਾਜ਼ ਮਾਰਨੀ ਮਾੜੂ, ਉਹਨੇ ਕਹਿਣਾ ਮੈਂ ਮੱਦੀ ਹਾਂ। ਅੱਛਾ ਇਹ ਕਿ ਮੱਦੀ, ਅਤੇ ਉਹਨੇ ਕਹਿਣਾ ਮੈਂ ਮਾੜੂ ਹਾਂ, ਸ਼ਕਲ ਇੱਕੋ ਸੀ। ਹਾਂ ਸਹੀ ਹੋ ਗਿਆ, ਉਹ ਉਹਨੂੰ ਜਾਣਦੇ ਸੀ। ਹਾਂ ਫਿਰ ਤੁਹਾਨੂੰ ਪਤਾ ਹੋਰ ਕਈਆਂ ਨੂੰ ਅਸੀਂ ਜਾਣਦੇ ਸੀ, ਹੁਣ ਚੇਤੇ ਭੁੱਲ ਗਏ, ਚੇਤੇ ਭੁੱਲ ਗਏ, ਉਮਰ ਵੀ ਵਾਹਵਾ ਹੋ ਗਈ ਹੈ। ਅੱਛਾ ਤੁਸੀਂ ਘੁਲਦੇ ਸੀ, ਕੀ ਮਾਹੌਲ ਸੀ, ਕਿੱਥੇ ਜਾ ਕੇ ਘੁਲਣਾ, ਭਲਵਾਨੀ ਕੀ ਕੀ ਕਰਦਾ ਸੀ? ਸਾਡਾ ਜੀ ਉਸ ਵੇਲੇ ਅਸੀਂ ਅਜੇ ਇੱਕ ਵੱਡੀ ਭਲਵਾਨੀ ਚ ਨਹੀਂ ਸੀ ਨਾ। ਹਾਂ ਉਮਰ ਛੋਟੀ ਸੀ ਨਾ, ਉਮਰ ਛੋਟੀ ਸੀ ਸਾਡੀ, ਅਸੀਂ ਆਪਸ ਵਿੱਚ ਹੀ ਘੁਲਦੇ ਸੀ। ਕੌਣ ਕੌਣ ਸੀਗੇ ਤੁਹਾਡੇ ਨਾਲ? ਮੇਰੇ ਨਾਲ ਹੁੰਦਾ ਸੀ ਗੁਰੂ, ਗੁਰੂ ਬਖਸ਼ੀ ਮਾਸਟਰ ਦਾ ਪੁੱਤਰ। ਅੱਛਾ ਰਾਮਨਾਥ ਕਪਤਾਨ ਦਾ ਪੁੱਤਰ ਵਿਕਰਮ। ਅੱਛਾ ਡੋਲੀ ਵਾਲਾ। ਅੱਛਾ ਉਹ ਹੋਵੇਗਾ ਡੋਲੀ, ਉਹਨਾਂ ਦਾ ਆਬਾਦੀ ਦਾ ਨਾਂ ਸੀ ਡੋਲੀ, ਡੋਲੀ ਡੋਲੀ। ਅੱਛਾ ਡੋਲੀ ਬੰਦੇ ਉਹ ਤਗੜੇ ਸੀ, ਜਾਇਦਾਦ ਵੱਡੀ ਦੇ ਮਾਲਕ ਸੀ। ਅੱਛਾ ਇਹ ਸਾਡਾ ਹੁੰਦਾ ਸੀ ਜੋਟ। ਅੱਛਾ ਫਿਰ ਅਸੀਂ ਵੱਡਿਆਂ ਭਲਵਾਨਾਂ ਦੇ ਖੜੇ ਜਾਣਾ, ਉਹਨਾਂ ਸਾਨੂੰ ਆਪਸ ਵਿੱਚ ਘੜਾਉਣਾ, ਦਾਸ ਸਿਖਾਲਣੇ ਸਾਨੂੰ, ਇੰਜਰੀ ਕਰੋ, ਇਹ ਦਾਬ ਲਾਓ, ਇਹ ਰੋਗ ਕਰੋ। ਅੱਛਾ ਉਹ ਦਾਸ ਸਿਖਾਲਦੇ ਹੁੰਦੇ ਸੀ। ਅੱਛਾ ਹਰ ਸਹੀ ਹੋ ਗਿਆ, ਕੌਣ ਸਿਖਾਉਂਦਾ ਕੌਣ ਸੀ ਤੁਹਾਨੂੰ ਵੈਸੇ? ਉਹ ਸਾਰੇ ਭਲਵਾਨ ਹੁੰਦੇ ਸਾਡੇ ਆਪਣੇ। ਅੱਛਾ ਗੁੱਜਰ ਹੀ ਸੀ? ਗੁੱਜਰ ਵੀ, ਗੁੱਜਰ ਇੱਕ ਰਾਜਪੂਤ ਹੁੰਦਾ ਸੀ ਸਾਡਾ, ਮੇਰਾ ਭਲਵਾਨ ਉਹ ਰਾਜੇ ਰੱਕੜ ਚੌੜੀ ਵਾਲਾ ਸੀ, ਉਹ ਮੈਂ ਨਹਾਉਂਦਾ ਵੇਖਿਆ, ਘੁਲਦਾ ਨਹੀਂ ਵੇਖਿਆ। ਅੱਛਾ ਐਡੀ ਚੌੜੀ ਕੰਡ ਸੀ ਉਹਦੀ। ਅੱਛਾ ਦੋ ਬੰਦੇ ਉਹਨਾਂ ਨਾਲ ਆਉਂਦੇ ਸੀ ਪਿੰਡਾਂ ਮਾਰਦੇ, ਇੱਕ ਡੋਲ ਖੂਹ ਚੋਂ ਕੱਢ ਕੇ, ਆਰੀਆ ਸਕੂਲ ਦੇ ਖੂਹ ਚੋਂ ਕੱਢ ਕੇ ਉਹਦੇ 'ਚ ਪਾਣੀ ਪਾਉਂਦਾ ਸੀ। ਉਹ ਮੇਰਾ ਭਲਵਾਨ ਅਖੀਰ ਜਾਨ ਪੂੰਜੀ ਸਿੱਖੇ ਦਾਣੇ ਦੋ ਪਿਛਾਂ ਬੈਠੇ ਸੀ, ਫਿਰ ਜਾਨ ਪੂੰਜੀ, ਫਿਰ ਉੱਠ ਕੇ ਉਂਝ ਤੁਰ ਨਹੀਂ ਸਕਦਾ। ਅੱਛਾ ਇਹ ਜਿਹੜੇ ਪੱਟ ਸੀ ਨਾ ਉਹਦੇ ਉੱਤੇ ਤੱਕ ਐਸਾ ਕਰਦੇ ਸੀ, ਫਿਰ ਉਹਨੂੰ ਚਮੜੇ 'ਚ ਬਾਹੀ ਤਿੰਨ ਤਿੰਨ ਬੱਦਲ ਸੀ, ਇੱਥੇ ਇੱਕ, ਇੱਥੇ ਇੱਥੇ, ਬਾਹਰੋਂ ਪੇਚੇ ਅੰਦਰੀ ਚਮੜੇ, ਉਹ ਫਿਰ ਚੌੜੀਆਂ ਚੌੜੀਆਂ ਲੱਤਾਂ ਰੱਖ ਕੇ ਤੁਰਦਾ ਸੀ। ਉਹ ਰਾਜੇ ਦਾ ਭਲਵਾਨ ਸੀ ਮੇਰਾ। ਅੱਛਾ ਰੱਕੜ ਚੌੜੀ ਜ਼ਿਲ੍ਹੇ ਕਾਂਗੜੇ ਸੀ, ਕਾਂਗੜੇ ਦਾ ਸੀ। ਹਾਂਜੀ ਸਹੀ ਹੋ ਗਿਆ। ਅਤੇ ਸਾਡਾ ਭਲਵਾਨ ਜਿਹੜਾ ਸੀ ਵੱਡਾ ਸਾਡੇ ਇਲਾਕੇ 'ਚ, ਉਹ ਸੀ ਮੰਦਾ, ਮੰਦਾ ਮੰਦਾ ਠੀਕ ਹੈ। ਘਰੂ ਹੋਏ ਟੋਬੇ ਦੇ ਮਾਰਤਾ, ਮਾਰੇ ਮਾਰ ਦੇਣਾ, ਦੋ ਸਿੱਖਾਂ ਦੇ ਧੋਣਾ ਲਾਈਆਂ, ਪਿੱਛੋਂ ਮੈਂ ਉਹਨਾਂ ਨੇ ਇੰਨਾ ਇੰਨਾ ਕਰ ਦਿੱਤਾ। ਅੱਛਾ ਇਹ ਮੰਦਾ ਜਿਹੜਾ ਸੀ ਇਹਨਾਂ ਦਾ ਖਾਨਦਾਨ ਘੁਲਦਾ ਸੀ। ਅੱਛਾ
ਪਿਓ ਦਾਦੀ ਨੂੰ ਲੈ ਕੇ ਘੁੱਲਦੇ ਆਉਂਦੇ ਸੀ। ਅੱਛਾ, ਤੁਹਾਡਾ ਉਸ ਟਾਈਮ ਕਿਸ ਤਰ੍ਹਾਂ ਕੀ ਸਿਸਟਮ ਹੁੰਦਾ ਸੀ ਘੁੱਲਣ ਦਾ, ਕਿ ਪ੍ਰੈਕਟਿਸ ਕਿੱਦਾਂ ਕਰਦੇ ਸੀ, ਖਾਂਦੇ ਪੀਂਦੇ ਕੀ ਸੀ ਇਹਦੇ ਵਾਸਤੇ? ਖਾਂਦੇ ਪੀਂਦੇ ਜੀ, ਉਹਨਾਂ ਦੀ ਖੁਰਾਕਾਂ ਖੁੱਲੀਆਂ ਹੁੰਦੀਆਂ ਸੀ, ਮਹੀਆਂ ਰੱਖਣੀਆਂ, ਹੁਣ ਮੰਡੇ ਉਹਨਾਂ ਕੋਲ 100 ਮਾਂ ਸੀ। ਅੱਛਾ, ਇੱਕ ਮਣ ਦੁੱਧ ਸਵੇਰੇ ਸਾਡੇ ਪਿੰਡ ਚੌਂਕ ਦੀਆਂ ਹੱਟੀਆਂ 'ਚ ਉਹਨਾਂ ਦਾ ਜਾਂਦਾ ਸੀ, ਇੱਕ ਮਣ ਦੁੱਧ। ਐਡੀਆਂ ਐਡੀਆਂ ਹੁੰਦੀਆਂ ਸੀਆਂ ਸਹੀ ਪਿੱਤਲ ਦੀਆਂ, ਉਹਨਾਂ 20 ਲੀਟਰ ਇੱਕ 'ਚ ਆਉਂਦਾ ਸੀ। ਅੱਛਾ, ਦੋ ਬੁਲਟੋਈਆਂ ਮੰਡੇ ਦਾ ਉਹ ਜਿਹੜਾ ਜਾਮਾ ਸੀ ਨਾ, ਉਹਨੇ ਦੋ ਬੁਲਟੋਈਆਂ ਦੁੱਧ ਦੀਆਂ ਲੈ ਕੇ ਉਹ ਹਲਵਾਈਆਂ ਦੀਆਂ ਹੱਟੀਆਂ 'ਚ ਉਹ ਦਿੰਦੇ ਸੀ। ਅੱਛਾ, ਹਾਂਜੀ ਸਹੀ ਸਹੀ ਸਹੀ। ਅਤੇ ਛਿੰਝਾਂ ਕਿੱਥੇ ਕਿੱਥੇ ਪੈਂਦੀਆਂ ਸਨ? ਛਿੰਝਾਂ ਕਿੱਥੇ ਕਿੱਥੇ ਪੈਂਦੀਆਂ ਸਨ? ਛਿੰਝਾਂ ਹੁੰਦੇ ਸੀ ਇਸ ਤਰ੍ਹਾਂ ਪੈਂਦੀਆਂ ਸੀਆਂ, ਸਾਰੇ ਪਿੰਡ ਨੇ ਪੈਸੇ ਇਕੱਠੇ ਕਰਨੇ, ਪਿੰਡ ਕਿਹੜੇ ਛੋਟੇ ਹੁੰਦੇ ਸੀ। ਅੱਛਾ, ਸਾਰੇ ਪਿੰਡ ਨੇ ਪੈਸੇ ਇਕੱਠੇ ਕਰਨੇ ਆ, ਅੱਠ ਅੱਠ ਦਿਨ, ਚਾਰ ਪੰਜ ਦਿਨ, ਜਿਵੇਂ ਜਿਵੇਂ ਪੈਸੇ ਦੇ ਇਕੱਠੇ ਹੋ ਗਏ ਨੇ, ਉਹਨਾਂ ਨੇ ਫਿਰ ਛਿੰਝ ਦੀ ਇੱਕ ਜਗ੍ਹਾ ਮੁਕਰ ਕਰ ਲੈਣੀ, ਉੱਥੇ ਫਿਰ ਭਲਵਾਨ ਬੜੀ ਬੜੀ ਲੈਣੇ, ਉਹਨਾਂ ਨੂੰ ਫਿਰ ਘੜਾਉਣਾ, ਧਾਮਣ ਵਾਲਿਆਂ ਨੂੰ ਲੈਣੇ ਉਹਨਾਂ ਨੇ 4 ਰੁਪਈਏ, ਧੈਣ ਵਾਲਿਆਂ ਨੂੰ ਲੈਣੇ 2 ਰੁਪਈਏ। ਬੜੀ ਬੜੀ ਦੂਰੋਂ ਭਲਵਾਨ ਆ ਜਾਂਦੇ ਸੀ। ਵੀਰੂ ਜਿਹੜਾ ਸੀ ਨਾ, ਬਖਸ਼ੀ ਮਾਟਰ ਦਾ ਪੁੱਤਰ, ਉਹਨੇ ਮੇਰੀ ਮਾਲਿਸ਼ ਕਰਨੀ, ਇਹ ਲੱਤ ਮੈਂ ਲੰਮਾ ਪੈ ਗਿਆ, ਇਹ ਲੱਤ ਉਹਨੇ ਇੱਥੇ ਰੱਖ ਲੈਣੀ ਆਪਣੇ। ਅੱਛਾ, ਇਹ ਪਿੰਨੀ ਦਾ ਮਾਸ ਜਿਹੜਾ ਘੱਟ ਕੇ ਇੱਥੇ ਲਿਆਉਣਾ। ਅੱਛਾ, ਦੋਵਾਂ ਪਿੰਨੀਆਂ ਦਾ ਮਲ ਮਲ ਕੇ ਮਾ ਗੋਸ਼ ਪੱਟਾਂ 'ਚ ਲਿਆਉਣਾ। ਅੱਛਾ, ਇੱਧਰੋਂ ਇੱਧਰੋਂ ਬਾਹਾਂ ਮਲ ਕੇ, ਇੱਧਰੋਂ ਸੀਨਾ ਮਲ ਕੇ, ਇਹਨਾਂ ਡੋਲਿਆਂ ਚਲੇ ਜਾਣਾ। ਅੱਛਾ, ਇਹ ਪੁੱਠੀ ਮਾਲਿਸ਼ ਕਰਦੇ ਸੀ ਭਲਵਾਨ ਸਾਡੇ, ਸਭ ਪੁੱਠੀ ਮਾਲਿਸ਼ ਕਰਦੇ ਸੀ। ਅੱਛਾ, ਅਸੀਂ ਉਹ ਗੁਰੂ ਜੀ ਨੇ ਮੇਰੀ ਮਾਲਿਸ਼ ਕਰਨੀ, ਮੈਂ ਉਹਦੀ ਕਰਨੀ, ਫਿਰ ਅਸੀਂ ਘੁੱਲਣਾ। ਅੱਛਾ, ਹਾਂ, ਮਤਲਬ ਤੁਹਾਡੀ ਗੱਲਾਂ ਤੋਂ ਪਤਾ ਲੱਗ ਰਿਹਾ ਕਿ ਵਸੇਬ ਤੁਹਾਡਾ ਬਹੁਤ ਵਧੀਆ ਸੀ। ਕਦੀ ਇੱਦਾਂ ਹੋਇਆ 47 ਤੋਂ ਪਹਿਲੇ ਗੱਲਬਾਤ ਸੁਣੀ ਹੋਵੇ ਕਿ ਸਾਨੂੰ ਆਪਣੀ ਧਰਤੀ, ਆਪਣਾ ਪਿੰਡ, ਆਪਣਾ ਦੇਸ਼ ਛੱਡ ਕੇ ਜਾਣਾ ਪੈਣਾ? ਕੋਈ ਪਤਾ ਨਹੀਂ ਸੀ। ਫਿਰ ਇੱਕਦਮ ਕਿੱਦਾਂ? ਕੋਈ ਇੱਕਦਮ ਪਈ ਸੀ। ਸਾਡੀ ਆਰੀਆ ਸਕੂਲ ਦੇ ਅੱਗੇ ਬਹਿਕ ਹੁੰਦੀ ਸੀ, ਮੈਂ ਉੱਥੇ ਰਹਿੰਦਾ ਸੀ। ਅੱਛਾ, 3 ਢੱਗੇ ਸੀ, 2 ਬਹਿਣ ਸੀ, ਇੱਕ ਸੱਡਾ ਸੀ। ਅੱਛਾ, 6 ਡੰਗਰ ਸੀ। ਅੱਛਾ, ਉਹ ਖੇਤਾਂ 'ਚ ਬੰਨ ਲੈਣੇ, ਕੁੱਲੀ ਪਾਈ ਸੀ, ਉੱਥੇ ਰਹਿੰਦੇ ਸੀ। ਬਾਰਿਸ਼ ਪੈ ਗਈ, ਡੰਗਰ ਅਸੀਂ ਘਰੋਂ, ਉੱਥੋਂ ਸਾਡੇ ਘਰ ਜਿਹੜੇ 1.5 ਮੀਲ ਦੇ ਫੈਸਲੇ ਸੀ। ਅੱਛਾ, ਡੰਗਰ ਘਰ ਲੈਂਦੇ, ਖੇਤ ਗਿੱਲੇ ਹੋ ਗਏ, ਖੋਭਾ ਹੋ ਗਿਆ। ਉਹ ਮੈਨੂੰ ਜਿਸ ਦਿਨ ਨਿਕਲਦੇ ਆ, ਸਾਡੇ ਜਨਾਬ ਰਾਮਨਾਥ ਕਪਤਾਨ ਜਿਹੜਾ ਸੀ ਨਾ, ਉਹ ਅਮਨ ਕਮੇਟੀ ਕਰਦਾ ਸੀ, ਅਮਨ ਕਮੇਟੀ ਦਾ ਮੈਂਬਰ ਸੀ। ਹਾਂਜੀ, ਉਹ ਕਪਤਾਨ ਸੀ ਫੌਜ ਦੇ ਵਿੱਚ, ਪਾਕਿਸਤਾਨ ਦੀ ਬਲੋਚੀ ਫੌਜ ਦਾ ਕਪਤਾਨ ਸੀ ਉਹ। ਅੱਛਾ, ਬਲੋਚ ਰੈਜੀਮੈਂਟ। ਉਹਨੇ ਪੈਨਸ਼ਨ ਹੋ ਕੇ ਘਰ ਆ ਗਿਆ ਸੀ। ਅੱਛਾ, ਅਤੇ ਫਿਰ ਉਹਨਾਂ ਗੁੱਜਰ ਵੀ ਇਕੱਠੇ ਕਰ ਲੈਣੇ, ਹਿੰਦੂ ਵੀ ਇਕੱਠੇ ਕਰ ਲੈਣੇ, ਸਾਰੀਆਂ ਕੌਮਾਂ ਇਕੱਠੀਆਂ ਕਰ ਲੈਣੀਆਂ। ਅੱਛਾ, ਉਹਨੇ ਆਖਣਾ, ਵੇਖੋ ਗੁਜਰੋ, ਜੇ ਅਮਨ ਮੁਸਲਮਾਨ ਤਾਂ ਤੁਸੀਂ ਡਕਰੇ, ਜੇ ਹਿੰਦੂ ਆ ਜਾਣ, ਜਿਹੜਾ ਹੁਸ਼ਿਆਰਪੁਰ ਸਾਰਾ ਆ ਜਾਏ, ਮੈਂ ਇਕੱਲਾ ਹੀ ਡੱਕਾਂਗਾ। ਅੱਛਾ, ਉਹਨੇ ਇਕੱਲੇ ਨੇ ਡੱਕਿਆ ਫਿਰ। ਅੱਛਾ, ਹਾਂਜੀ, ਲੰਬੀ ਦਾ ਪਿੰਡ ਸਾੜ ਦਿੱਤਾ, ਚਲੇਟ ਦਾ ਪਿੰਡ ਸਾੜ ਦਿੱਤਾ, ਅੱਗੇ ਹੁਣ ਸਾਡਾ ਪਿੰਡ ਲੋਰਟਪੁਰ ਦਾ ਵਸੀਮਾ ਆ ਗਿਆ, ਇਕੱਲਾ ਹੀ ਚਲਾ ਗਿਆ। ਫੌਜ ਦੇ ਵਿੱਚੋਂ ਵੱਡੀ ਗੰਨ ਸੀ ਹੈਗੀ ਆਉਂਦੀ, ਉਹਨੇ ਉਹ ਗੰਨ ਮੋਢੇ ਨੇ ਪਾ ਲਈ, ਘੋੜਾ ਫੌਜ ਦੇ ਵਿੱਚੋਂ, ਫੌਜ ਦੇ ਵਿੱਚੋਂ ਜਦੋਂ ਪੈਨਸ਼ਨ ਹੋ ਕੇ ਆਇਆ ਤਾਂ ਆਉਂਦਾ ਕੀ ਸੀ, 200 ਮੁਰਗੀ, ਬਲੈਟੀ ਚਿੱਟੀ, ਅੱਛਾ, 2 ਕੁੱਤੀ ਦਾ ਕੁੱਤਾ, ਅੱਛਾ, ਕੁੱਤੀ ਦਾ ਨਾਂ ਰੋਜੀ, ਕੁੱਤੇ ਦਾ ਨਾਂ ਪੈਂਥਰ। ਅੱਛਾ, ਐਡੇ ਐਡੇ ਸੀ, ਸਭ ਦੇ ਰੰਗ ਦੇ, ਉਹ ਅੰਗਰੇਜ਼ੀ ਸਮਝਦੇ ਸੀ, ਕੁੱਤੀ ਵੀ ਅਤੇ ਕੁੱਤਾ ਵੀ। ਅੱਛਾ, ਅਤੇ ਘੋੜਾ ਇੱਕ ਲਿਆਂਦਾ ਫੌਜ ਦੇ ਵਿੱਚੋਂ, ਬੰਦੇ ਦੇ ਸਿਰ ਤੋਂ ਉੱਚਾ ਲਾਲ ਘੋੜਾ ਸੀ, ਇੱਕ ਸਾਂਭਣ ਵਾਲਾ ਪਹਿਰਾ ਲਿਆਂਦਾ। ਅੱਛਾ, ਉਹ ਫਿਰ ਜਿਸ ਵੇਲੇ ਉਹਨੇ ਅਮਨ ਕਮੇਟੀ ਕੀਤੀ, ਬੰਦੇ ਸਾਰੇ ਹਿੰਦੂ ਵੀ ਇਕੱਠੇ ਕਰ ਲੈਣੇ, ਚੀਮਾਰ ਵੀ ਇਕੱਠੇ ਕਰ ਲੈਣੇ, ਚਾਂਗ ਵੀ ਇਕੱਠੇ, ਗੁੱਜਰ ਵੀ ਸਾਰੇ ਇਕੱਠੇ ਕਰ ਲਏ। ਅੱਛਾ, ਉਹਨੇ ਖੜੋ ਕੇ ਫਿਰ ਤਕਰੀਰ ਕਰਨੀ, ਉਹਨੇ ਕਹਿਣਾ, ਅਗਰ ਅਮਨ ਮੁਸਲਮਾਨ ਤਾਂ ਤੁਸੀਂ ਡੱਕਰੇ, ਅੱਛਾ, ਹਿੰਦੂ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਸਾਰਾ, ਤੇ ਮੈਂ ਇਕੱਲਾ ਹੀ ਡੱਕਾਂਗਾ। ਠੀਕ ਹੈ, ਅਗਰ ਮੁਸਲਮਾਨ ਹਮਲਾ ਕਰਨਗੇ ਤੇ ਗੁੱਜਰ ਰੋਕਣਗੇ, ਤੁਸੀਂ ਰੋਕੋ, ਔਰ ਅਗਰ ਹਿੰਦੂ ਜਾਂ ਸਿੱਖ ਹਮਲਾ ਕਰਨਗੇ ਤੇ ਕੈਪਟਨ ਸਾਹਿਬ ਰੋਕਣਗੇ। ਕੈਪਟਨ ਸਾਹਿਬ ਦਾ ਨਾਂ ਕੀ ਸੀਗਾ? ਰਾਮਨਾਥ। ਰਾਮਨਾਥ, ਠੀਕ ਹੋ ਗਿਆ। ਉਹ ਤਕਰੀਰ ਕਰਦਾ ਪਿਆ ਹੈ ਛੋਟਾ ਨੱਠਾ ਸਿੰਘ, ਉਹ ਫੌਜ ਦੇ ਵਿੱਚ ਹਵਲਦਾਰ ਸੀ। ਅੱਛਾ, ਉਹ ਇਸ ਤਰ੍ਹਾਂ ਕੋਲ ਖੜਾ, ਪਿਓਰ ਉਹਨਾਂ ਦਾ ਰਣ ਸਿੰਘ ਇਸ ਤਰ੍ਹਾਂ ਮੰਜਰੇ ਬੈਠਾ ਆ, ਅਤੇ ਦੁਨੀਆ ਇਸ ਤਰ੍ਹਾਂ ਬੈਠੀ ਹੋਈ ਹੈ, ਉਹ ਤਕਰੀਰ ਕਰਦਾ ਪਿਆ। ਅੱਛਾ, ਰਾਮਨਾਥ। ਅੱਛਾ,
ਨੱਛਾ ਸਿੰਘ ਕੋਲੋਂ ਬੋਲਿਆ ਇਹ ਭਾਈ ਜੀ ਤੁਸੀਂ ਮੁਸਲਮਾਨਾਂ ਦੀ ਇਮਦਾਦ ਕਰਦੇ ਹੋ ਅੱਛਾ ਅਤੇ ਮੇਰੀ ਸਾਡੀ ਬਲਾਰੀ ਵਿਗੜੀ ਜਾਂਦੀ ਹੈ ਉਹਨੇ ਕੱਢੀਆਂ ਫਿਰ ਭਰਾ ਵੱਲ ਨਾਲ ਨੱਛਾ ਸਿੰਘ ਵੱਲ ਨੂੰ ਅੱਖਾਂ ਕਹਿੰਦਾ ਨੱਛਾ ਸਿੰਘ ਆ ਤੂੰ ਨਹੀਂ ਇਹਨਾਂ ਨੂੰ ਜਾਣਦਾ ਇਹਨਾਂ ਨੂੰ ਮੈਂ ਜਾਣਦਾ ਮੇਰੇ ਕੋਲ ਬਲੋਚੀ ਫੌਜ ਸੀ ਮੁਸਲਮਾਨਾਂ ਦੀ ਉਹ ਮੈਂ ਇੰਨਾ ਚਿਰ ਜੰਗ ਲੜਿਆ ਤੂੰ ਮੇਰੀ ਇਮਦਾਦ ਕਰਦਾ ਸੀ ਉਹ ਮੇਰਾ ਪਿਓ ਕਰਦਾ ਸੀ ਮੇਰੇ ਇੱਕ ਚੀਜ਼ ਦਾ ਨੁਕਸਾਨ ਪਿੰਡ 'ਚ ਹੋ ਗਿਆ ਮੈਂ ਨਾ ਤੈਨੂੰ ਵੇਖਣਾ ਨਾ ਮੈਂ ਪਿਓ ਵੇਖਣਾ ਮੈਂ ਭੁੰਨ ਕੇ ਰੱਖ ਦਿਆਂਗਾ ਸਾਰਿਆਂ ਨੂੰ ਅੱਛਾ ਮੁੜ ਨਹੀਂ ਬੋਲਿਆ ਉਹ ਵੀ ਇੱਦਾਂ ਮੰਜੇ 'ਤੇ ਬੈਠਿਆ ਭਰਾ ਵੀ ਨਹੀਂ ਬੋਲਿਆ ਉਹਨੇ ਕਿਹਾ ਤੂੰ ਨਹੀਂ ਇਹਨਾਂ ਨੂੰ ਜਾਣਦਾ ਇਹਨਾਂ ਨੂੰ ਮੈਂ ਜਾਣਦਾ ਮੇਰੇ ਕੋਲ ਮੁਸਲਮਾਨਾਂ ਦੀ ਫੌਜ ਸੀ ਮੇਰੀ ਇਮਦਾਦ ਉਹ ਕੱਢੀ ਸੀ ਤੂੰ ਨਹੀਂ ਸੀ ਕੱਢਦਾ ਜਾ ਕੇ ਫਿਰ ਕਿੱਦਾਂ ਦੇਸ਼ ਕਿੱਦਾਂ ਉੱਥੋਂ ਛੱਡਣਾ ਪਿਆ ਉਠਾਇਆ ਉਹਨਾਂ ਨੇ ਜਾਂ ਫਿਰ ਆਪ ਉੱਥੋਂ ਉੱਠ ਕੇ ਆ ਗਏ ਜਾਂ ਪਿੱਛੋਂ ਮੁਸਲਮਾਨ ਜਿਸ ਵੇਲੇ ਅਮਨ ਕਮੇਟੀ ਕੱਢਦਾ ਸੀ ਅੱਛਾ ਰੋਜ਼ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਤਕਰੀਰ ਕਰਨੀ ਸਾਡੇ ਪਿੰਡ ਨੂੰ ਲੰਬੀ ਦਾ ਪਿੰਡ ਸਾੜ ਦਿੱਤਾ ਚਲੇਰ ਦਾ ਪਿੰਡ ਸਾੜ ਦਿੱਤਾ ਅੱਗੇ ਹੁਣ ਸਾਡਾ ਦੌਲਤਪੁਰ ਦਾ ਪਿੰਡ ਦਾ ਵਸੀਮਾ ਆ ਗਿਆ ਰਾਮਨਾਥ ਕੱਲਾ ਚਲਾ ਗਿਆ ਅੱਛਾ ਘੋੜਾ ਫੌਜ ਵਿੱਚ ਲੈਂਦਾ ਸੀ ਲਾਲ ਜਿਹਾ ਘੋੜਾ ਬੰਦੇ ਦੇ ਸਿਰ ਤੋਂ ਉੱਚਾ ਸੀ ਗਨ ਵੱਡੀ ਫੌਜ ਦੇ ਵਿੱਚੋਂ ਖੜੀ ਸੀ ਉਹਨੇ ਅੱਛਾ ਉਹਦੇ ਖਰੇ ਕਿੰਨੀ ਗੋਲੀ ਪੈਂਦੀ ਸੀ ਕੁੜੀ ਜਾ ਵੀ ਘੋੜੀ ਉਹ ਮੋਢਿਆਂ ਨਾਲ ਪਾ ਲਈ ਖੁਰਜੀਆਂ ਅਸਰ ਦੀਆਂ ਭਰ ਲਈਆਂ ਅੱਛਾ ਚਲੇਰ ਦਾ ਪਿਪਲੂ ਹੁੰਦਾ ਸੀ ਅੱਛਾ ਉੱਥੇ ਜਥਾ ਆ ਗਿਆ ਹਿੰਦੂਆਂ ਦਾ ਇਕੱਲਾ ਹੀ ਚਲਾ ਗਿਆ ਕੋਈ ਬੰਦਾ ਨਹੀਂ ਖੜਿਆ ਅੱਛਾ ਚਲਾ ਗਿਆ ਜਾ ਕੇ ਉਹਨੇ ਕਿਹਾ ਜਿਹੜੇ ਮੋਟ ਵਾਲੇ ਇੱਧਰ ਆਓ ਅੱਗੇ ਆ ਗਏ ਅੱਛਾ ਉਹਨਾਂ ਕਿਹਾ ਗੱਲ ਸੁਣੋ ਮੇਰੀ ਇਹ ਵਸੀਮਾ ਮੇਰੇ ਪਿੰਡ ਦਾ ਅੱਛਾ ਇਸ ਤੋਂ ਅੱਗੇ ਕਦੋਂ ਨਹੀਂ ਕਿਸੇ ਨੇ ਚੁੱਕਣਾ ਅੱਛਾ ਇੱਧਰ ਉਤਰੋ ਜੰਗਲ 'ਚ ਬਾੜੀ ਖੱਡ 'ਚ ਹੋ ਕੇ ਗਾਂ ਲੰਘ ਜਾਓ ਇੱਧਰ ਉਤਰੋ ਪਾੜ ਡੋਂਗੋ ਵਿੱਚ ਨਹੀਂ ਹੋ ਕੇ ਲੰਘ ਜਾਓ ਮੇਰੀ ਪਿੰਡ ਹਲੂਰ 'ਚ ਪੈਰ ਨਹੀਂ ਕਿਸੇ ਪਾਉਣਾ ਅਤੇ ਜੇ ਤੁਸੀਂ 500-700 ਜਿਹੜਾ 1000 ਬੰਦਾ ਇਕੱਠਾ ਕੀਤਾ ਮੇਰੇ ਬਸ ਇੱਕ ਮਿੰਟ ਦਾ ਕੰਮ ਹੈ ਮੈਂ ਇੱਕ ਛਿੱਟਾ ਮਾਰਨਾ ਮੈਂ ਸਾਰੇ ਸਾਫ਼ ਕਰ ਲੈਣੇ ਅੱਛਾ ਖਬਰਦਾਰ ਜੇ ਅੱਗੇ ਮੇਰੀ ਸਾਲੂ ਤੋਂ ਅੱਗੇ ਪੈਰ ਕਿਸੇ ਰੱਖਿਆ ਗਾ ਅੱਛਾ ਅਤੇ ਉਸ ਵੇਲੇ ਫਿਰ ਇੱਕ ਸਾਡਾ ਨਾਈ ਸੀ ਫੱਟਾ ਇੱਕ ਸਾਡਾ ਭਰਾ ਸੀ ਜਲਾਲ ਭਲਵਾਨ ਘੁਲਣਾ ਸੀ ਅੱਛਾ ਉਹਨਾਂ ਦੋਨੋਂ ਪਾਸੇ ਕੀਤਾ ਹੁਣ ਹਿੰਦੂ ਵੀ ਇੱਕ ਪਾਸੇ ਬੈਠੇ ਮੁਸਲਮਾਨ ਵੀ ਇੱਕ ਪਾਸੇ ਬੈਠੇ ਮੈਂ ਤਕੜਾ ਸੀ ਉਹਨੇ ਫਿਰ ਦੋ ਬੰਦੇ ਬਲਾ ਕੇ ਸਾਡੇ ਪਾਸੇ ਕੀਤੇ ਮਿਲਾ ਕੇ ਇੱਕ ਨਾਈ ਸੀ ਫੱਟਾ ਅੱਛਾ ਇੱਕ ਜਲਾਲ ਉਹਨਾਂ ਦੋਨੋਂ ਪਲਾ ਪਾਸੇ ਲੈ ਗਿਆ ਪਾਸੇ ਲੈ ਕੇ ਕਹਿੰਦਾ ਵੀ ਮੈਂ ਕੱਖ ਹਿੱਲਣ ਨਹੀਂ ਪਿੰਡ 'ਚ ਦਿੰਦਾ ਪਰ ਕੀ ਪਤਾ ਕੋ ਮੁੰਡਾ ਸ਼ਰਾਰਤ ਕਰ ਦੇਵੇ ਅਤੇ ਐਸਾ ਨਾ ਹੋਵੇ ਕਿ ਮੈਨੂੰ ਬਲਾਦਰੀ ਆਪਣੀ ਭੁੱਲਣੀ ਪੈ ਜਾਵੇ ਅਤੇ ਤੁਸੀਂ ਬੱਚਿਆਂ ਨੂੰ ਜਨਾਨੀਆਂ ਨੂੰ ਕੱਢ ਦਿਓ ਦੂਏ ਡੇਰੀਆਂ 'ਚ ਨੂੰ ਅੱਛਾ ਸਹੀ ਅਤੇ ਪਿੰਡ 'ਚ ਮੈਂ ਕੱਖ ਨਹੀਂ ਹਿੱਲਣ ਦਿੰਦਾ ਪਰ ਕੀ ਪਤਾ ਹੁੰਦਾ ਕੋਈ ਸ਼ਰਾਰਤੀ ਮੁੰਡਾ ਕਰ ਦੇਵੇ ਅਤੇ ਮੈਨੂੰ ਫਿਰ ਬਲਾਦਰੀ ਆਪਣੀ ਇੰਨਾ ਸਾਰੀ ਭੁੱਲਣੀ ਪੈ ਜਾਏ ਅੱਛਾ ਬਸ ਇਹ ਨਹੀਂ ਕਰੋ ਕਿ ਤੁਸੀਂ ਬੱਚਿਆਂ ਨੂੰ ਉੱਧਰ ਕੱਢੋ ਅਤੇ ਜਵਾਨ ਜਵਾਨ ਰਵੋ ਅੱਛਾ ਅਤੇ ਫਿਰ ਅਸੀਂ ਜੀ ਉਸ ਵੇਲੇ ਕੋਈ ਘੰਟਾ ਡੂਢ ਦਿਨ ਸੀ ਜਿਹੜੇ ਅਸੀਂ ਘਰੋਂ ਨਿਕਲੇ ਹਾਂ ਮਾਲ ਡੰਗਰ ਖੁੱਲ੍ਹਾ ਛੱਡ ਦਿੱਤਾ ਜਾਵੇ ਜਿੱਦਣ ਮਰਜ਼ੀ ਕੱਢ ਦਿੱਤਾ ਘਰੋਂ ਅੱਛਾ ਅਸੀਂ ਫਿਰ ਨਿਕਲੇ ਡੇਰੀਆਂ ਚਲੇ ਗਏ ਡੇਰੀਆਂ ਇਸ ਪਾਸੇ ਨੂੰ ਸਾਤੋਂ ਕੋਈ ਯਾਦ ਹੈ ਡੇਢ ਮੀਲ ਦੋ ਮੀਲ ਦਾ ਫੈਸਲਾ ਸੀ ਕੋਈ ਯਾਦ ਹੈ ਕਿਹੜੀ ਤਰੀਕ ਨੂੰ ਪਿੰਡ ਛੱਡਿਆ ਤਰੀਕ ਯਾਦ ਨਹੀਂ ਤਰੀਕ ਯਾਦ ਨਹੀਂ ਮਹੀਨਾ ਕਿਹੜਾ ਸੀਗਾ ਸਾਉਣ ਭਾਦਰੋਂ ਸੀ ਸਾਉਣ ਭਾਦਰੋਂ ਸੀ ਹਾਂਜੀ ਠੀਕ ਹੈ ਸਾਉਣ ਸੀ ਜਾਂ ਭਾਦਰੋਂ ਭਾਦਰੋਂ ਨਹੀਂ ਸੀ ਚੜਿਆ ਸਾਉਣ ਸੀ ਡੇਰੀਆਂ ਨਿਕਲਦਾ ਡੇਰੀਆਂ ਸੀ ਗੁਜਰਾਂ ਦਾ ਪਿੰਡ ਉਹਦੇ ਵਿੱਚ ਮੌਜ ਦੀ ਠੇਕੇਦਾਰ ਬੰਦਰ ਤਗੜਾ ਸੀ ਅੱਛਾ ਉਹਦਾ ਭਰਾ ਸੀ ਫਿਰੋਜ਼ ਜੀ ਫਿਰੋਜ਼ ਐ ਬੈਠੇ ਨੇ ਛੱਦਰੇ ਲਾਣਾ ਠਾਉਣ ਪਟਰੋਲ ਉੱਥੇ ਬੈਠੇ ਦੇਰੀਆਂ ਦੇ ਸਾਰੇ ਠੀਕ ਹੋ ਮੌਜ ਜੀ ਨੇ ਕੋਠੀ ਪਾਈ ਸੀ ਅਤੇ ਊਧਮ ਸਿੰਘ ਮਾਸਟਰ ਸੀ ਗੰਗੂ ਦਾ ਅੱਛਾ ਊਧਮ ਸਿੰਘ ਮਾਸਟਰ ਗੰਗੂ ਦਾ ਊਧਮ ਸਿੰਘ ਸੀ ਨਾ ਸਿੱਖ ਦਾ ਮੁਸਲਮਾਨ ਹਿੰਦੂ ਸੀ ਰਾਜਪੂਤ ਅੱਛਾ ਮੈਂ ਤਾਂ ਉਹਦੀ ਨਾਲ ਉਹਦੀ ਤਸਵੀਰ ਮੇਰੇ ਸਾਹਮਣੇ ਆ ਗਈ ਅੱਖਾਂ ਦੇ ਆਏ ਹੈ ਕਾਲਾ ਜਿਹਾ ਰੰਗ ਸੀ ਲਾਲ ਪੱਗ ਬੰਨਦਾ ਹੁੰਦਾ ਸੀ ਅੱਛਾ ਅਤੇ ਚਾਦਰ ਬੰਨਦਾ ਹੁੰਦਾ ਸੀ ਅੱਛਾ ਅਤੇ ਮੁੱਛਾਂ ਜਿਹੜੀਆਂ ਰੱਖੀਆਂ ਸੀਆਂ ਅੱਛਾ ਉਹ ਆਰੀਆ ਸਕੂਲ ਵਿੱਚ ਪੜ੍ਹਾਉਂਦਾ ਹੁੰਦਾ ਸੀ ਉਹ ਜਸੇ ਦਾ ਮੋਹਰੀ ਸੀ ਅੱਛਾ ਊਧਮ ਸਿੰਘ ਮਾਸਟਰ ਨੇ ਰੁਕਾ ਭੇਜਿਆ ਲਿਖ ਕੇ ਮੌਜ ਜੀ ਨੂੰ
ਮੌਜ ਜੀ ਤਗੜਾ ਬੰਦਾ ਸੀ, ਉਹਨੇ ਅਸਲਾ ਪਹਿਲੇ ਖਰੀਦ ਕੇ ਬਹੁਤ ਜਮ੍ਹਾਂ ਕਰ ਲਿਆ ਸੀ ਕਿ ਤੇਰੀ ਕੋਠੀ ਮੈਂ ਆਪਣੇ ਹੱਥਾਂ ਨਾਲ ਸਾੜਨੀ ਹੈ। ਅੱਛਾ, ਊਧਮ ਸਿੰਘ ਗਣੂ ਗਣੂ ਹੀ ਹੈ, ਚੜ੍ਹ ਲਿਆ ਜੀਆਂ ਪੱਕਾ ਹੈ। ਅੱਛਾ, ਦੇਰੀ ਆਏ ਹੈ। ਅੱਛਾ, ਉਹਨੇ ਕਿਹਾ ਤੇਰੀ ਮੈਂ ਕੋਠੀ ਹੱਥਾਂ ਨਾਲ ਆਪਣਿਆਂ ਨਾਲ ਸਾੜਨੀ ਹੈ, ਊਧਮ ਸਿੰਘ ਨੇ ਕਿਹਾ। ਮੌਜ ਜੀ ਨੇ ਰੁਕਾ ਪੜਿਆ ਪੜ ਕੇ ਦੂਏ ਪਾਸੇ ਲਿਖ ਕੇ ਭੇਜ ਦਿੱਤਾ, ਪਹਿਲਾਂ ਤੇਰੀ ਮੈਂ ਮਕਾਰ ਕੋਠੀ ਜੀ ਇੱਥੇ ਤੋਂ ਉਡਾਵਾਂਗਾ, ਪਿੱਛੋਂ ਮੇਰੀ ਫੂਕ ਦੀ। ਅੱਛਾ, ਇਹ ਵਾਪਸ ਰੁਕੇ ਦੇ ਦਿੱਤਾ। ਅੱਛਾ, ਵੀ ਜਾ ਕੇ ਮੈਨੂੰ ਦੇ ਦੇ। ਉਹ ਹੁਣ ਪੱਕਾ ਇਸ ਤਰ੍ਹਾਂ ਸੀ ਗਣੂ, ਇਹ ਦੇਰੀਆਂ ਸੀ। ਅੱਛਾ, ਮੌਜ ਜੀ ਨੇ ਫਿਰ ਬੰਦੇ ਉਸ ਵੇਲੇ ਸਾਡੇ ਗੁਜਰ ਦੇ 14 ਪਿੰਡਾਂ ਦੇ ਦੇਰੀਆਂ ਦੇ ਵਿੱਚ ਇਕੱਠੇ ਹੋ ਗਏ ਸੀ। ਅੱਛਾ, ਅਤੇ ਦੇਰੀਆਂ ਦਾ ਪਿੰਡ ਬਹੁਤ ਵੱਡਾ ਜੰਗਲ ਬੇਵਹਾ ਸੀ। ਅੱਛਾ, ਦੁਨੀਆ ਬਹੁਤ ਇਕੱਠੀ ਹੋ ਗਈ। ਉਹਨੇ ਕਿਹਾ ਵੀ ਜਿਹੜਾ 20 ਸਾਲ ਤੋਂ ਥੱਲੇ ਹੈ ਉਹ ਕੋਈ ਨਾ ਆਵੇ, ਜਿਹੜਾ 35 ਸਾਲ ਤੋਂ ਉੱਤੇ ਉਹ ਵੀ ਨਾ ਆਵੇ। ਅੱਛਾ, ਅਤੇ ਜਿਹੜੇ ਜਵਾਨ ਨੇ, ਜੇ ਕਿਸੇ ਕੋਲ ਰਫਲ ਹੈ, ਪਿਸਤੌਲ ਹੈ, ਕੁਹਾੜੀ ਹੈ, ਟਕੂਆ ਹੈ, ਬਰਛੀ ਹੈ, ਉਹ ਲੈ ਕੇ ਮੇਰੀ ਕੋਠੀ 'ਚ ਇਕੱਠੇ ਹੋ ਜਾਓ। ਅੱਛਾ, ਇਕੱਠੇ ਹੋ ਗਏ। ਹੁਣ ਮੈਂ ਤੁਹਾਨੂੰ ਸਾਰੀ ਗੱਲ ਸੁਣਾਉਂਦਾ। ਹਾਂਜੀ ਹਾਂਜੀ, ਦੱਸੀ ਜਾਓ ਦੱਸੀ ਜਾਓ। ਉਹਨੇ ਇਕੱਠੇ ਹੋ ਜਾ ਮੇਰੀ ਕੋਠੀ 'ਚ, ਉੱਥੇ ਇਕੱਠੇ ਹੋ ਗਏ। ਉਹਨੇ ਜਿਹੜੇ ਇਕੱਠੇ ਹੋ ਗਏ, ਬੰਦਿਆਂ ਦਾ ਆਪਣਾ ਦਾ ਹਿਸਾਬ ਲਾਇਆ, ਅਤੇ ਸਾਡਾ ਬੰਦਾ ਕੋਈ ਤਕਰੀਬਨ 1100 ਸਾਡਾ ਬਣ ਗਿਆ, ਅਤੇ ਹਿੰਦੂ ਹੈ, ਪਹਾੜੀ ਸੀ ਸਾਰੀ ਚਿੱਟੀ ਹੋਈ ਪਈ, ਪਤਾ ਨਹੀਂ ਕਿੰਨਾ ਸੀ ਆਇਆ ਆ। ਉਹਨੇ ਕਿਹਾ ਊਧਮ ਸਿੰਘ ਦਾ ਡੁੱਕਾ ਆਇਆ, ਉਹਨੂੰ ਜਵਾਬ ਲੈਣਾ ਹੈ। ਹੁਣ ਗਲੂ ਉੱਪਰ ਹੈ ਸਾਰੀ ਦੁਨੀਆ, ਉੱਤੇ ਪਹਾੜ 'ਤੇ ਚਿੱਟੀ ਹੋਈ ਪਈ, ਇਹਨਾਂ ਨੀਵੇਂ ਸੰਦ ਚੜ੍ਹਨਾ ਸੀ। ਅੱਛਾ, ਇਹਨਾਂ ਦਾ ਉਹ ਵਜਾਉਂਦੇ ਸੀ ਸੰਖ। ਅੱਛਾ, ਇਹਨਾਂ ਲੈ ਦੋ ਢੋਲ। ਅੱਛਾ, ਦੋ ਢੋਲ ਵੱਜਦੇ ਚਲੇ, ਜੰਗਲ ਸੀ, ਜੰਗਲ ਦੇ ਪਤਾ ਨਹੀਂ ਸੀ ਲੱਗਦਾ। ਹਾਂ, ਅਖੀਰ ਜੀ ਨੇ ਕਿਹਾ ਵੀ ਉੱਥੋਂ ਵੱਟੇ ਵੀ ਮਾਰਨ ਲੱਗਣਗੇ ਤਾਂ ਸਾਨੂੰ ਉੱਥੇ ਚੜ੍ਹ ਨਹੀਂ ਲੈਣਗੇ, ਕਿਉਂਕਿ ਉੱਥੇ ਪਹਾੜ ਹੈ, ਉੱਚਾ ਹੈ, ਉੱਥੋਂ ਵੱਟੇ ਵੀ ਮਾਰਨੇ, ਮੀਂਹ ਵੱਟੇ ਵਾਲਾ। ਉਹਨੇ ਕਿਹਾ 400 ਬੰਦਾ ਇੱਥੇ ਖੜਾ ਜਾਓ, ਅਤੇ 400 ਇੱਥੋਂ ਚਲੋ, ਉਹ ਚਲੇ ਜਾਓ ਮੀਲ ਦੋ ਉੱਤੇ। ਅੱਛਾ, ਪਹਾੜ ਦੇ ਉੱਤੇ ਚਲੋ, ਇੱਕ ਢੋਲ ਇੱਥੇ ਵਜਾਈ ਜਾਓ, ਇੱਕ ਢੋਲ ਚੁੱਪ ਕਰਕੇ ਚਲੇ ਜਾਓ, ਉੱਥੇ ਜਿਹੜੇ ਪਹਾੜ ਦੇ ਉੱਤੇ ਚੜ੍ਹ ਜਾਓਗੇ ਉੱਥੇ ਤੁਸੀਂ ਢੋਲ ਮਾਰਨਾ। ਉਹਨਾਂ ਨੂੰ ਫਿਰ ਉਹਦੇ ਨੂੰ 400-500 ਬੰਦਾ ਕੱਢ ਦਿੱਤਾ, ਉਹ ਚੁੱਪ ਕਰਕੇ ਜੰਗਲ ਦੇ ਵਿੱਚ ਉੱਥੇ ਚਲੇ ਗਏ। ਉਹਨਾਂ ਫਿਰ ਉੱਥੇ ਜਾ ਕੇ ਢੋਲ ਮਾਰਿਆ। ਉਹ ਜਿਹੜੇ ਫਿਰ ਜਸਾ ਹਿੰਦੂਆਂ ਦਾ ਇਕੱਠਾ ਹੋਇਆ ਸੀ, ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਜਿਹੜਾ ਢੋਲ ਵੱਜਾ ਇਹ ਵਾਣ ਡੋਗਰ ਆ ਗਏ ਨੇ। 90 ਪਿੰਡ ਵਾਣ ਡੋਗਰਾਂ ਦੇ ਸੀ ਤਹਿਸੀਲ ਦਸੂਹੇ 'ਚ। ਅੱਛਾ, ਵੀ ਇਹ ਆ ਗਏ ਵਾਣ ਡੋਗਰ, ਇਹ ਆ ਗਏ ਗੁੱਜਰ, ਹੁਣ ਸਾਨੂੰ ਘੇਰਾ ਪੈ ਗਿਆ। ਉਹ ਫਿਰ ਲੱਗੇ ਨੱਠਣ। ਮੌਜ ਜੀ ਨੇ ਫਿਰ ਜਿਹੜੇ ਸਾਡੇ ਬੰਦੇ ਸੀ ਨਾ ਸਰਦਾਰ ਜੀ, ਹਿੰਮਤ 'ਚ ਬਹੁਤ ਤਗੜੇ ਸੀ ਉਹਨਾਂ ਨਾਲੋਂ। ਅੱਛਾ, ਸਾਡੇ ਬੰਦੇ ਬਹੁਤ ਬਹੁਤ ਹਿੰਮਤ ਵਾਲੇ ਸੀ। ਉਹ ਫਿਰ ਉਹ ਲੱਗੇ ਨੱਠਣ ਸਾਡੇ, ਫਿਰ ਉੱਤੋਂ ਉੱਤੋਂ ਉਹ ਪਹਾੜ ਦੇ ਢੋਲ ਵੱਜਦਾ, ਇੱਧਰ ਉਹ ਢੋਲ ਵੱਜਦਾ, ਉਹ ਲੱਗ ਪਏ ਅੱਗੇ ਗਏ। ਮੌਜ ਜੀ ਨੇ ਦੇਖਿਆ ਇੱਕ ਦੋ ਫੈਰ ਉਹਨਾਂ ਨੇ ਮਾਰਿਆ, ਉਹਨਾਂ ਨੇ ਕਹਿਣਾ ਕੋਈ ਅਸਲਾ ਖਤਮ, ਪੈ ਜਾਓ ਹੱਥੀ। ਅੱਛਾ, ਸਹੀ, ਫਿਰ ਪੈ ਗਏ ਹੱਥੀ ਖੂਨ। ਇੱਕ ਬੰਦਾ ਸਾਡਾ ਸ਼ਹੀਦ ਹੋਇਆ ਸੀ, ਉਹ ਵੀ ਮੌਜ ਜੀ ਦੀ ਆਪਣੀ ਗੋਲੀ ਨਾਲ। ਅੱਛਾ, ਇਹ ਘੋਗੀ ਦੇ ਉੱਤੇ ਸੀ ਅਤੇ ਉਹਦੇ ਕੋਲੋਂ ਰਫਲ ਖੋਹਦਾ ਸੀ ਜਾ ਕੇ, ਉਹ ਗੋਲੀ ਮਾਰੀ ਉਹਨੂੰ ਸੀ, ਉਹ ਆਪਣੇ ਬੰਦੇ 'ਚ ਲੱਗ ਗਏ ਸੀ, ਇਹ ਬਗਲ 'ਚ ਇੱਥੇ ਮਾਢੀ 'ਚ ਨਿਕਲ ਗਏ ਸੀ। ਅੱਛਾ, ਉਹ ਇੱਕ ਬੰਦਾ ਸਾਡਾ ਸੀ, ਉਹ ਫਿਰ ਅੱਗੇ ਲੱਗ ਗਏ, ਇਹ ਫਿਰ ਮਗਰ ਲੱਗ ਗਏ, ਜਿਹੜਾ ਫਿਰ ਟੱਕਰੀ ਗਿਆ ਫਿਰ ਉਹਨੂੰ ਮਾਰਦੇ ਚਲੇ ਗਏ। ਸ਼ਾਮ ਨੂੰ ਮੁੜ ਕੇ ਆ ਕੇ ਹਿਸਾਬ ਲਾਇਆ ਇਹਨਾਂ ਨੇ ਵੀ 35 ਬੰਦੇ ਮਾਰੇ ਗਏ ਨੇ ਉਹਨਾਂ ਦੇ। ਹਾਂਜੀ, ਅਸੀਂ ਮੇਰੀ ਤਾਂ 15 ਸਾਲ ਵੀ ਮੈਂ ਤਾਂ ਨਹੀਂ ਸੀ ਗਿਆ। ਅੱਛਾ ਅੱਛਾ, ਮੈਂ ਸਮਝ, ਲੇਕਿਨ ਸਾਰਿਆਂ ਨੂੰ ਆ ਕੇ ਉਹ ਜਿਹੜਾ ਊਧਮ ਸਿੰਘ ਮਾਸਟਰ ਸੀ, ਉਹਦੀ ਜਿਹੜੀ ਕੋਠੀ ਸੀ ਉਹਨੂੰ ਅੱਗ ਨਾ ਲੱਗੇ, ਉੱਤੋਂ ਨਿੱਕਾ ਨਿੱਕਾ ਮੀਂਹ ਸ਼ੁਰੂ ਹੋ ਗਿਆ। ਉਸ ਵੇਲੇ ਫਿਰ ਮੌਜ ਜੀ ਨੇ ਕਿਹਾ ਮੇਰੀ ਬਰੋਜੇ ਦੀ ਮੰਡੀ ਆ ਗਿਆ, ਉਹ ਬਰੋਜੇ ਚੁੱਕ ਕੇ। ਅੱਛਾ, ਬਰੋਜਾ ਲੈ ਕੇ ਸਿੱਟਿਆ ਕੋਠੀ ਦੇ ਹੇਠ ਉੱਤੇ, ਸੱਟ ਕੇ ਅਤੇ ਸਿੱਟਿਆ ਮਿੱਟੀ ਦਾ ਤੇਲ ਦੇ 2-3 ਝੱਲ ਗਏ ਉਹਦੇ ਉੱਤੋਂ। ਅੱਛਾ, ਉਹ ਸਿੱਟਿਆ ਤੇਲ, ਲਾਈ ਅੱਗ, ਉੱਡੀ ਫਿਰ ਕੋਠੀ, ਢਾ ਦਿੱਤੀ, ਪਤਲੀ ਕਰਤੀ ਬੇਨਿਸ਼ਾਨ। ਅਤੇ ਉੱਥੋਂ ਉਦੋਂ ਤੁਸੀਂ ਡਾਡੇ ਸੀ, ਫਿਰ ਪਿੰਡ ਕਿਉਂ ਛੱਡਣਾ ਪਿਆ, ਕਿਉਂ ਆਉਣਾ ਪਿਆ ਬਈ? ਉਹ ਤਾਂ ਫਿਰ ਹੁਣ ਅਖੇ ਐਵੇਂ ਬਸ ਹੋ ਗਏ ਇਕੱਠੇ ਦੇਹਰੀਆਂ 'ਚ, ਦੇਹਰੀਆਂ 'ਚੋਂ ਫਿਰ ਇਕੱਠੇ ਹੋ ਕੇ ਨਿਕਲੇ ਅਸੀਂ ਵਾਣਾ ਡੋਗਰਾਂ 'ਚ ਪਿੰਡਾਂ 'ਚ। 8 ਦਿਨ ਅਸੀਂ ਉੱਥੇ ਰਹੇ ਆ,
ਉੱਥੇ ਫਿਰ ਸਾਨੂੰ ਮਿਲਟਰੀ ਪਈ ਆ, ਉਹਨੇ ਕੱਢ ਕੇ ਪਿੰਡਾਂ 'ਚੋਂ ਹਰਿਆਣੇ ਦਾ ਠੋਕਿਆ। ਹਰਿਆਣੇ ਕੈਂਪ 'ਚ ਕੈਂਪ 'ਚ ਆ ਗਏ, ਉੱਥੇ ਰਹੇ 25 ਦਿਨ। ਅੱਛਾ। ਉੱਥੋਂ ਫਿਰ ਅਸੀਂ ਨੂੰ ਕੈਂਪ ਉੱਠਿਆ, ਫਿਰ ਲਿਆਂਦਾ ਸਾਨੂੰ ਹੁਸ਼ਿਆਰਪੁਰ। ਹੁਸ਼ਿਆਰਪੁਰ ਫਿਰ ਸਾਡਾ ਇੱਕ ਕਾਫਲਾ ਸਾਡਾ ਸੀ, ਸਾਡੇ ਨਾਲ ਕਾਫਲੇ 'ਚ 5-6 ਲੱਖ ਬੰਦਾ। ਅੱਛਾ। ਦੂਸਰਾ ਜਿਹੜਾ ਕਾਫਲਾ ਰਲਿਆ ਸਾਡੇ ਨਾਲ, ਉਸਦੇ 500-600 ਬੰਦਾ ਉਹਦੇ ਵਿੱਚ ਸੀ। ਅੱਛਾ। ਉਹ ਫਿਰ ਦੋਵਾਂ ਦਾ ਕਾਫਲਾ ਇੱਕ ਹੋ ਗਿਆ। ਅੱਛਾ। ਹੁਸ਼ਿਆਰਪੁਰ। ਅੱਛਾ। ਉੱਥੇ ਫਿਰ ਬਿਮਾਰੀ ਭੁੱਖਾ ਮਰਦੇ ਸੀ, ਬਿਮਾਰੀ ਫੈਲ ਗਈ, ਫਿਰ ਤਾਂ ਬਹੁਤ ਦੁਨੀਆ ਮਰੀ, ਕੋਈ ਹਿਸਾਬ ਹੀ ਨਹੀਂ ਰਿਹਾ। ਅੱਛਾ। ਉਹ ਇਹ ਤਾਂ ਕਿਹੜੀ ਗੱਲ ਹੈ ਫਿਰ, ਉੱਥੇ ਬਿਮਾਰੀ ਫੈਲ ਗਈ, ਇਤਨੀ ਦੁਨੀਆ ਇਕੱਠੀ, ਬਾਹਰ ਤਾਂ ਜਾ ਨਹੀਂ ਸਕਦੇ। ਉੱਥੇ ਹੀ ਖਾਣੇ ਪਕਾਉਣੇ, ਉੱਥੇ ਹੀ ਬੈਠਾਂ ਪਈਆਂ ਹੋਣੀਆਂ, ਉੱਥੇ ਹੀ ਕਹਿੰਦੇ ਵੀ ਖਾਣਾ ਪਿਸ਼ਾਬ ਕਰਕੇ ਟੋਟਾ ਕਰੇ, ਉੱਥੇ ਮਿੱਟੀ ਨਿਪਲੀ, ਰਾਤ ਨੂੰ ਲੰਮਿਆਂ ਵੀ ਉੱਥੇ ਪੈਣਾ, ਉੱਠ ਕੇ ਬਾਹਰ ਤਾਂ ਜਾ ਨਹੀਂ ਸਕਦੇ, ਕੋਈ ਪਤਾ ਵੀ ਨਹੀਂ। ਹਾਂਜੀ। ਫਿਰ ਸਾਨੂੰ ਹੁਸ਼ਿਆਰਪੁਰ ਰਿਹਾ ਜੀ, ਮਹੀਨਾ ਬੈਠੇ, ਉੱਥੇ ਬਹੁਤ ਦੁਨੀਆ ਮਰੀ, ਲੱਖਾਂ ਦੇ ਹਿਸਾਬ ਨਾਲ। ਫਿਰ ਉੱਥੋਂ ਸਾਡਾ ਕੈਂਪ ਉੱਠਿਆ ਜਲੰਧਰ ਦੇ ਵਿੱਚ, ਆਦਮਪੁਰ ਸ਼ਹਿਰ, ਜਿੱਥੇ ਮੇਰੇ ਪਿਓ ਦੀ ਕਬਰ ਸੀ। ਅੱਛਾ। ਫਿਰ ਅਸੀਂ ਆ ਕੇ ਆਦਮਪੁਰ ਬੈਠੇ ਆ। ਅੱਛਾ। ਉੱਥੇ ਮਹੀਨਾ ਬੈਠੇ ਰਹੇ ਆ। ਉੱਥੇ ਹੈ ਮੇਰਾ ਭਰਾ ਜਿਹੜਾ, ਇਹਦੇ ਛੋਟੇ ਦੋ ਭਰਾ ਸੀ, ਇਹਦੇ ਛੋਟੇ ਦੋ, ਇਹ ਮੇਰੇ ਤੋਂ ਛੋਟਾ ਇਹ ਹੈ, ਇਹਦੇ ਛੋਟੇ ਦੋ ਭਰਾ ਸੀ, ਉਹ ਉੱਥੇ ਫੌਤ ਹੋ ਗਏ। ਇੱਕ ਇਹ ਸੀ ਬੱਚਿਆ ਦਾ, ਇੱਕ ਇਹ ਛੋਟਾ, ਹੁਣ ਫੌਤ ਹੋਇਆ ਉਹ। ਅੱਛਾ। ਇਹ ਆਦਮਪੁਰ ਉੱਥੇ ਹੈਜ਼ੇ ਦੀ ਬਿਮਾਰੀ ਕਰਕੇ, ਹੈਜ਼ੇ ਦੀ ਬਿਮਾਰੀ ਜਿਹੜੀ ਫੈਲੀ ਸੀ। ਹਾਂਜੀ। ਬਿਮਾਰੀ ਫੈਲੀ, ਇਸੀ ਦੁਨੀਆ ਦਾ ਗੰਢੀ ਵੀ, ਮੱਖੀ ਇੰਨੀ ਸੀ ਕਿ ਕਾਲੇ ਹੋ ਜਾਂਦੇ ਸੀ, ਹਰ ਸ਼ੇ ਕਾਲੀ ਹੁੰਦੀ ਸੀ, ਇੰਨੀ ਮੱਖੀ ਸੀ। ਸਹੀ। ਕੁਝ ਦੁਨੀਆ ਕੁਝ ਲੱਖਾਂ ਦੇ ਸਾਹਮਣੇ, ਇਹ ਨਹੀਂ ਕਿ ਬਾਹਰ ਜਾ ਸਕਦਾ ਸੀ, ਆਹੋ ਬਾਹਰ ਜਾਣ ਦੀ ਜਗ੍ਹਾ ਕੋਈ ਨਹੀਂ, ਹੁਣ ਬੈਠੇ ਪੱਕੇ ਚੱਕਰ ਸ਼ਹਿਰ ਚੱਕਰ ਲੰਮਿਆਂ ਪੈਣ ਜੋਗੀ ਜਗ੍ਹਾ ਨਹੀਂ ਮਿਲਦੀ ਰਾਤ ਨੂੰ। ਉਹ ਹਰ ਕੰਮ ਅਸੀਂ ਵੇਖੀਆਂ ਹੀ ਆ। ਆਹੋ ਬਿਲਕੁਲ। ਮੈਂ ਕੋਈ ਨਿਕਲਦਾ ਨਹੀਂ ਸੀ, ਮੈਂ ਚੰਗੀ ਹਿੰਮਤ ਸੀ, ਮੈਂ ਘੁਲਦਾ ਸੀ, ਚੰਗੀ ਤਾਕਤ ਸੀ ਮੇਰੇ ਜੀ। ਬਸ ਫਿਰ ਜਿਨ੍ਹਾਂ ਦੀ ਵਧੀ ਸੀ ਹੌਲੀ ਹੌਲੀ ਆ ਗਏ ਇੱਥੇ, ਆ ਗਏ ਫਿਰ ਆ ਗਏ ਆਦਮਪੁਰ ਬਹਿ ਗਏ। ਆਦਮਪੁਰ ਗੱਡਾ ਸੀ ਸਾਡੇ ਕੈਂਪ ਨਾਲ ਤਕਰੀਬਨ ਕੋਈ 2000 ਗੱਡਾ ਸੀ। ਅੱਛਾ। ਇੱਕ ਨੰਦਾ ਚੌਂਕ ਦਾ ਕਾਫਲਾ ਰਲਿਆ ਸਾਡੇ ਨਾਲ, ਇੱਕ ਸਾਡਾ ਹਰਿਆਣੇ ਵਾਲਾ। ਅੱਛਾ। ਦੋਵਾਂ ਦਾ ਇੱਕ ਹੋ ਗਿਆ। 2000-1500 ਗੱਡਾ ਸਾਡੇ ਕੈਂਪ ਨਾਲ ਸੀ। ਅੱਛਾ। ਹੁਣ ਇੱਥੋਂ ਲੈ ਕੇ ਜਨਵਰੀ ਤੱਕ ਤਾਂ ਲੈਣ ਲੱਗ ਜਾਂਦੇ ਸੀ ਗੱਡੀਆਂ ਨੂੰ ਛੱਡ ਕੇ। ਅਸੀਂ ਜਿਹੜੇ ਪੈਦਲ ਸੀ ਅਸੀਂ ਪਾਸੇ ਟੁੱਟਦੇ ਸੀ। ਗੱਡਾ ਕਿਹੜਾ ਥੋੜ੍ਹਾ ਸੀ, ਉਹ ਤਾਂ ਲੈਣ ਲੱਗਦਾ ਸੀ 10-15 ਤੱਕ। ਅੱਛਾ। ਫਿਰ ਅਸੀਂ ਆਦਮ ਪਰ ਆ ਕੇ ਬਹਿ ਗਏ ਉੱਥੇ, ਫਿਰ ਉਹਨਾਂ ਆਖਿਆ ਵੀ ਇਹ ਗੱਡੇ ਆ, ਇਹ ਤੁਰੋ। ਅੱਛਾ। ਜਿਹੜੇ ਬਗੈਰ ਗੱਡੀਆਂ 'ਚੋਂ ਉਹ ਬੈਠੇ ਰਹੋ। ਉਹ ਫਿਰ ਇੱਧਰੋਂ ਪਾਕਿਸਤਾਨ 'ਚੋਂ ਗੱਡੀਆਂ ਗਈ ਹੈ ਇੱਕ, ਜਲੰਧਰੋਂ ਪੁੱਠੀ ਗਈ ਬੈਕਲ, ਉੱਥੇ ਕੋਈ ਸਟੇਸ਼ਨ ਤਾਂ ਨਹੀਂ ਸੀ, ਐਸਾ ਕੈਂਪ ਬੈਠਾ ਸੀ, ਐਸਾ ਲੈਨ ਸੀ, ਪੁੱਠੀ ਗੱਡੀ ਬੈਕ ਗਈ ਹੈ। ਉਹ ਗੱਡੀ ਭਰ ਕੇ ਆ ਗਈ ਬੰਦਿਆਂ ਨਾਲ, ਉਨੇ ਬੰਦੇ ਵਿੱਚ ਗੱਡੀ ਦੇ, ਉਨੇ ਉੱਤੇ ਛੱਤ ਦੇ ਅੱਗੇ ਪਿੱਛੇ ਤੱਕ। ਅੱਛਾ। ਉਹ ਆ ਗਈ, ਦੂਸਰੀ ਗੱਡੀ ਵੀ ਭਰ ਕੇ ਆ ਗਈ, ਤੀਸਰੀ ਗੱਡੀ ਜਿਹੜੀ ਗਈ ਹੈ ਬੈਕ, ਜਲੰਧਰੋਂ ਬੈਕ ਆਉਂਦੀ ਸੀ, ਅਤੇ 19 ਦੁਨੀਆ ਵਿੱਚ ਹੁੰਦੀ ਸੀ ਗੱਡੀ ਦੇ, ਕਿ 19 ਦੁਨੀਆ ਉੱਤੇ ਹੁੰਦੀ ਸੀ, ਉੱਤੇ ਜ਼ਿਆਦਾ ਹੁੰਦੇ ਸੀ। ਅੱਛਾ। ਜਿਹੜੇ ਸਿਆਣੇ ਬੱਚੇ ਸੀ ਉਹ ਵਿਚਰੇ ਸਨ, ਸਿਆਣੇ ਪਾਸੇ ਬਹਿ ਜਾਣਾ, ਉਹਨਾਂ ਰੱਸਾ ਬੜ ਲੈਣਾ, ਬੰਨ ਲੈਣਾ ਇੱਕ ਦੂਜੇ ਨੂੰ, ਕੋਈ ਡਿੱਗੇ ਨਾ, ਡਿੱਗੇ ਨਾ, ਗੱਡੀ ਆਸਤਾ 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 ਗੱਡੀ ਚੱਲਣੀ, ਕਿ ਜਿੰਨਾ ਕੁ ਬੰਦਾ ਟੁੱਟਦਾ। ਇਸਦੀ ਦੁਨੀਆ ਉੱਤੇ ਹੁੰਦੀ ਸੀ, ਇਹਦਾ ਹਿਸਾਬ ਹੀ ਕੋਈ ਨਹੀਂ, ਤੇਜ਼ ਤਾਂ ਗੱਡੀ ਨੂੰ ਚਲਾ ਹੀ ਨਹੀਂ ਸਕਦੇ। ਫਿਰ ਸਾਡੀ ਗੱਡੀ ਜਿਹੜਾ ਆਸਤੇ ਆਸਤੇ ਤੀਸਰੀ ਗੱਡੀ 'ਚ ਅਸੀਂ ਆਏ ਹਾਂ। ਅੱਛਾ। ਦੋ ਆ ਗਈਆਂ, ਲੋੜ ਨਹੀਂ ਖੜੀ ਕੀਤੀ ਸਾਡੀ ਗੱਡੀ। ਅੱਛਾ। ਸਾਡੀ ਗੱਡੀ ਨੂੰ ਫਿਰ ਮਾੜੇ ਜਾ ਕੇ ਟੁਣਕਿਆ ਮਾਰਿਆ ਉਕਾੜੇ, ਉਕਾੜੇ ਠੀਕ ਹੋ ਗਿਆ, ਸਾਹੀਵਾਲ ਉਕਾੜਾ। ਹਾਂਜੀ, ਸਾਹੀਵਾਲ ਉਕਾੜਾ। ਉੱਥੇ ਸਾਨੂੰ ਗੱਡੀ ਮਾਰੀ, ਉਸ ਸਾਡੇ ਪਿੰਡ ਦੇ ਨਾਲ ਅਗਲੀ ਗੱਡੀ ਆਈ ਬੈਠੇ, ਉਹ ਕਹਿੰਦੇ ਉਤਰਿਆ ਉਸ ਵੇਲੇ, ਸਾਨੂੰ ਫੌਜ ਜਿਹੜੀ ਮਿਲਟਰੀ ਸੀ ਉਹ ਨਹੀਂ ਉਤਰ ਨਹੀਂ ਦਿੰਦੀ, ਵੀ ਇਹ ਗੱਡੀ ਜਾਣੀ ਮੁਜ਼ੱਫਰਗੜ੍ਹ। ਅੱਛਾ। ਮੁਜ਼ੱਫਰਗੜ੍ਹ, ਉਹ ਪੰਜਾਬ ਦੇ ਅਖੀਰ 'ਤੇ ਰਹੀ ਮਿਆਰ। ਹਾਂ, ਮੁਜ਼ੱਫਰਗੜ੍ਹ, ਇਹ ਮੁਜ਼ੱਫਰਗੜ੍ਹ ਜਾਣੀ ਹੈ। ਜਿਸ ਵੇਲੇ ਗਏ ਅਸੀਂ ਖਾਨੇਵਾਲ, ਖਾਨੇਵਾਲ, ਹਾਂ, ਅਤੇ ਉੱਥੇ ਰਾਤ ਦੇ 10 ਵਜੇ ਪਹੁੰਚੇ ਹਾਂ, ਅਤੇ ਅਸੀਂ ਉੱਤੇ ਬੈਠੇ ਸੀ, ਦੋ ਰਾਤਾਂ ਇੱਕ ਦਿਹਾੜੀ ਉੱਤੇ ਬੈਠੇ। ਅੱਛਾ। ਉੱਥੇ ਫਿਰ ਅਸੀਂ ਸਮਾਨ ਸੁੱਟ ਕੇ ਅਤੇ ਛਾਲਾ ਮਾਰ 'ਚ ਉੱਤਰ ਆਏ ਸਾਲੇ।
ਅਸੀਂ ਪੰਜੀ ਦੇ ਫਿਰ ਰਹੇ ਖਾਨੇ ਬਾਹਰ ਕੈਂਪ ਦੇ ਵਿੱਚ ਉੱਠੋ ਮੁੜ ਕੇ ਲਾਹੌਰ ਗੱਡੀ ਬੈਠੀ ਲਾਹੌਰ ਆਏ ਆ ਲਾਹੌਰੋਂ ਬੈਠੇ ਨਨਕਾਣੇ ਆਏ ਤੁਹਾਡਾ ਦਿਲ ਹੈ ਸੀ ਪਿੰਡ ਛੱਡਣ ਨੂੰ ਛੱਡਣ ਕੌਣ ਦਿਲ ਨੂੰ ਕੋਈ ਛੱਡਦਾ ਕੋਈ ਨਹੀਂ ਛੱਡਦਾ ਨਹੀਂ ਫਿਰ ਮਜਬੂਰੀ ਸੀ ਮਜਬੂਰੀ ਹੋ ਗਈ ਹਾਂਜੀ ਹਾਂ ਅਤੇ ਅੱਜ ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ ਹਾਂਜੀ ਉਹ ਘਰ ਛੱਡੇ ਹੋਏ ਨੂੰ ਹਾਂਜੀ ਅਤੇ ਘਰ ਚੇਤੇ ਆ ਜਾਂਦਾ ਅੱਖਾਂ ਦੇ ਮੂਹਰੇ ਆ ਜਾਂਦਾ ਚੇਤੇ ਛੱਡ ਕੇ ਮੈਨੂੰ ਤਾਂ ਚੱਪੇ ਚੱਪੇ ਦਾ ਪਤਾ ਅੱਛਾ ਹਾਂਜੀ ਮੈਂ ਤਾਂ ਸਾਰੇ ਪਿੰਡ ਛੱਡ ਦਸ ਦਸ ਮੀਲ ਤੀਕ ਦੁਆਲੇ ਜਿਹੜੇ ਪਿੰਡ ਉਹਨਾਂ ਸਾਰਿਆਂ ਹੀ ਫਿਰੇ ਆ ਅੱਛਾ ਹਾਂਜੀ ਅਤੇ ਵੈਸੇ ਐਂ ਖਿਆਲਾਂ ਖਾਬਾਂ ਦੇ ਵਿੱਚ ਐਂ ਵਿਹਲੇ ਬੈਠੇ ਹਾਂ ਦਿਮਾਗ ਉੱਥੇ ਪਹੁੰਚ ਜਾਂਦਾ ਪਿੰਡ ਦੀਆਂ ਗਲੀਆਂ 'ਚ ਉਹ ਗੁਰੂ ਦੇ ਨਾਲ ਉਹ ਦੂਜਾ ਤੁਹਾਡਾ ਦੋਸਤ ਸੀ ਉਹਦੇ ਨਾਲ ਗੁਰੂ ਜਿਹੜਾ ਸੀ ਨਾ ਬੜਾ ਪਿਆਰਾ ਸੀ ਬੜਾ ਪਿਆਰਾ ਸੀ ਬੜਾ ਪਿਆਰਾ ਸੀ ਕਿਉਂ ਉਹਨੇ ਮੇਰੀ ਰੋਟੀ ਖਾ ਜਾਣੀ ਕਹਿਣਾ ਸੀ ਤੁਹਾਡੀ ਰੋਟੀ ਮੈਨੂੰ ਸਵਾਦ ਬੜਾ ਦਿੰਦੀ ਹੈ ਅੱਛਾ ਫਿਰ ਅਸੀਂ ਘਰ ਉਹਦੇ ਚੱਲ ਜਾਣਾ ਉਹਦੀ ਮਾਂ ਨੇ ਸਾਨੂੰ ਰੋਟੀ ਕਿੱਠੀ ਪਾ ਕੇ ਕੱਛਿਆਂ ਨੂੰ ਬਹਿ ਕੇ ਉੱਠੇ ਖਾ ਲੈਣੀ ਮੇਰਾ ਉਹਦਾ ਪਿਆਰ ਹੀ ਬੜਾ ਸੀ ਪਿਆਰ ਬਹੁਤ ਘੋਲਣਾ ਸੀ ਬਾਦਸ਼ਾਹ ਇੱਕ ਦੋ ਦੀ ਕਰਨੀ ਹੈ ਬੈਠ ਕੇ ਡੰਡ ਕੱਢਣੇ ਘੋਲਣਾ ਸੀ ਅਤੇ ਉਹ ਗੁਰੂ ਨੇ ਪਤਾ ਕਹਿਣਾ ਕੀ ਕਹਿਣਾ ਪਿਓ ਪੜ੍ਹਾ ਲਵੇ ਜਿੰਨਾ ਮਰਜ਼ੀ ਹੈ ਮੈਂ ਕੰਮ ਕੋਈ ਨਹੀਂ ਕਰਨਾ ਮੈਂ ਤਾਂ ਘੋਲਣਾ ਹੀ ਹੈ ਰਹਿਣਾ ਅਸੀਂ ਦੋਵਾਂ ਨੇ ਇਕੱਠਿਆਂ ਨੇ ਅਸੀਂ ਘੋਲਣੇ 'ਚ ਇੱਕੋ ਜਿਹੇ ਹੁੰਦੇ ਸੀ ਅੱਛਾ ਉਹ ਗੁਰੂ ਯਾਦ ਆ ਜਾਂਦਾ ਐਸੇ ਹੀ ਬੜਾ ਯਾਦ ਆਉਂਦਾ ਮੈਂ ਅੱਜ ਰਾਤੀ ਜਿਹੜੀ ਬੜੀ ਸੋਚਿਆ ਗੁਰੂ ਦੇ ਅੱਛਾ ਸਹੀ ਹੋ ਗਿਆ ਪਿਓ ਦਾ ਨਾਂ ਸੀ ਬਖਸ਼ੀ ਮਾਂ ਦਾ ਨਾਂ ਸੀ ਉਮਰੀ ਗੁਜਰੀ ਨੇ ਪਾਲੀ ਹੋਈ ਸੀ ਗੁਜਰੀ ਨੇ ਨਾਂ ਸੀ ਰੱਖਿਆ ਉਮਰੀ ਅੱਛਾ ਹਾਂਜੀ ਉਹਨੇ ਸਾਡੇ ਬਾਬੇ ਦੇ ਕੋਲ ਆ ਕੇ ਸ਼ਾਮ ਨੂੰ ਹਵਾ ਖੋਲੀ ਕੁਆਟਰ ਨਿਕਲ ਕੇ ਬਹਿ ਜਾਣਾ ਅਤੇ ਉੱਥੇ ਆ ਕਹਿਣਾ ਚਾਚਾ ਮੈਂ ਖਤਰਾਣੀ ਨਹੀਂ ਮੈਂ ਗੁਜਰੀ ਹਾਂ ਮੈਨੂੰ ਗੁਜਰੀ ਨੇ ਪਾਲਿਆ ਮੇਰਾ ਉਮਰੀ ਨਾਂ ਗੁਜਰੀ ਨੇ ਰੱਖਿਆ ਅੱਛਾ ਉਹ ਬਾਬੇ ਸਾਡੇ ਕੋਲ ਬਹਿ ਜਾਣਾ ਆਉਂਦੇ ਗੱਲਾਂ ਕਰਨੀਆਂ ਅੱਛਾ ਹੁਣ ਦਿਲ ਕਰਦਾ ਜਾਣ ਨੂੰ ਪਿੰਡ ਦਿਲ ਤਾਂ ਕਰਦਾ ਜਾਣ ਨੂੰ ਹੁਣ ਉਹ ਹਾਲਤ ਨਹੀਂ ਰਹੀ ਅੱਛਾ ਉਹ ਸਾਡੀ ਉਹ ਜਿਹੜੀ ਸੀ ਨਾ ਉਸ ਵੇਲੇ ਚੌਂਕ ਸਾਡੇ 40-50 ਦੁਕਾਨਾਂ ਸੀਆਂ ਹੁਣ 4-4 ਮੀਲ ਚਾਟ ਫੇਰੇ ਸ਼ਹਿਰ ਹੈ ਸੁਣਨੇ ਆ ਸਾਡਾ ਪਿੰਡ ਜਿਹੜਾ ਜ਼ਿਲ੍ਹਾ ਬਣ ਗਿਆ ਹੁਣ ਅੱਛਾ ਦੌਰ ਟੁੱਟ ਚੌਂਕ ਜ਼ਿਲ੍ਹਾ ਹੈ ਜ਼ਿਲ੍ਹਾ ਜ਼ਿਲ੍ਹਾ ਅੱਛਾ ਅੱਗੇ ਸੀ ਜਿਹੜਾ ਸਾਡਾ ਹੁਸ਼ਿਆਰਪੁਰ ਤਹਿਸੀਲ ਸਾਡਾ ਉਨਾ ਆਖਰੀ ਪਿੰਡ ਸੀ ਸਾਡਾ ਉਨੇ ਦਾ ਅੱਛਾ 40 ਮੀਲ ਸਾਡੇ ਤੋਂ ਉਨਾ ਸੀ ਹੁਣ ਸਾਡਾ ਪਿੰਡ ਜਿਹੜਾ ਦੌਲਤਪੁਰ ਚੌਂਕ ਹੈ ਨਾ ਉਹ ਚੌਂਕ ਸੀ ਉੱਥੇ 4 ਸੜਕਾਂ ਪੈਂਦੀਆਂ ਸੀ ਅੱਛਾ ਉਹ ਹੁਣ ਸਾਡਾ ਜ਼ਿਲ੍ਹਾ ਬਣ ਗਿਆ ਅਦਾਲਤਾਂ ਉੱਥੇ ਬਣ ਗਈਆਂ ਆ ਸਾਰਾ ਕੁਝ ਉਹ ਸ਼ਹਿਰ ਹੁਣ ਜਿਹੜਾ ਹਿਮਾਚਲ ਪ੍ਰਦੇਸ਼ ਚਲਾ ਗਿਆ ਜੀ ਹਾਂ ਹਿਮਾਚਲ ਆ ਵੀ ਸੀ ਅੱਛਾ ਉਹ ਹਿਮਾਚਲ ਪ੍ਰਦੇਸ਼ ਚਲਾ ਗਿਆ ਅੱਛਾ ਉਹ ਠੀਕ ਹੋ ਗਿਆ 4-4 ਮੀਲ ਹੁਣ 4 ਜਿਹੜਾ ਕੋਈ ਪਤਾ ਲੱਗਦਾ ਸਿੱਖ ਆਇਆ ਸੀ ਪਿਛਲੇ ਸਾਲ ਅੱਛਾ ਇੱਥੇ ਮੇਲੇ ਦੇ ਉਹਨੇ ਕਿਹਾ ਮੈਂ ਚੌਂਕ 'ਤੇ ਵਿੱਚ ਰਹਿੰਦਾ ਅੱਛਾ ਪਰ ਰੋਟੀ ਜਿਹੜੀ ਬੋਰਡ ਸੀ ਹਾਂ ਇੱਡੀ ਮੋਟੀ ਬੋਰਡ ਹੁੰਦੀ ਸੀ ਅੱਛਾ ਉਹ ਬੋਰਡ ਪੂਰੀ 3 ਮਹੀਨੇ ਹੋ ਗਏ ਹੈ ਮੈਂ ਚੌਂਕ 'ਤੇ ਵਿੱਚ ਰਹਿੰਦਾ ਅੱਛਾ ਹੁਣ ਬਹੁਤ ਵੱਡਾ ਸ਼ਹਿਰ ਬਣ ਗਿਆ ਆ ਚੌਂਕ ਜਿਹੜਾ ਸੀ 4-4 ਮੀਲ ਚਾਰਟ ਫੇਰੇ ਸ਼ਹਿਰ ਹੈ ਅਦਾਲਤਾਂ ਉੱਥੇ ਬਣ ਗਈਆਂ ਅੱਛਾ ਹੁਣ ਚੌਂਕ ਜਿਹੜਾ ਜ਼ਿਲ੍ਹਾ ਬਣ ਗਿਆ ਅੱਛਾ ਉਹ ਸਿੱਖ ਨੇ ਦੱਸ ਕੇ ਗਿਆ ਸਾਨੂੰ ਜ਼ਿਲ੍ਹਾ ਬਣ ਗਿਆ ਅੱਛਾ ਹਾਂਜੀ ਤੇ ਹੁਣ ਸੁਨੇਹਾ ਕੋਈ ਸਲਾਮ ਦੁਆ ਦੌਲਤਪੁਰ ਵਾਸੀਆਂ ਨੂੰ ਗੁਰੂ ਨੂੰ ਕਿਸੇ ਹੋਰ ਨੂੰ ਕੋਈ ਸੁਨੇਹਾ ਦੇਣਾ ਤੇ ਦੱਸੋ ਜੇ ਤੁਸੀਂ ਕਦੀ ਬਿਕਰਮ ਨੂੰ ਟਕਰਾ ਦਿਓ ਅੱਛਾ ਤੇ ਗੁਰੂ ਨੂੰ ਟਕਰਾ ਦਿਓ ਜਲੰਧਰ ਦਾ ਸੀ ਅੱਛਾ ਬਿਕਰਮ ਤੇ ਗੁਰੂ ਮਾਸਟਰ ਜਿਹੜਾ ਜਲੰਧਰ ਦਾ ਸੀ ਅੱਛਾ ਮਾਂ ਦਾ ਨਾਂ ਉਮਰੀ ਸੀ ਪਿਓ ਦਾ ਨਾਂ ਬਖਸ਼ੀ ਸੀ ਅੱਛਾ ਤੇ ਗੁਰੂ ਸੀ ਦੋ ਭਰਾ ਵੱਡੇ ਸੀ ਉਹ ਮੁਲਾਜ਼ਮ ਸੀ ਉਹਨਾਂ ਦਾ ਪਤਾ ਨਹੀਂ ਕੀ ਨਾਂ ਸੀ ਅੱਛਾ ਤੇ ਗੁਰੂ ਮੇਰਾ ਉਹ ਜਲੰਧਰ ਦੇ ਸੀ ਅੱਛਾ ਇਹ ਨਹੀਂ ਪਤਾ ਕਿ ਜਲੰਧਰ ਸ਼ਹਿਰ ਦੇ ਸੀ ਜਾਂ ਪਿੰਡ ਦੇ ਸੀ ਅੱਛਾ ਪੜਾਉਂਦਾ ਦੌਲਤਪੁਰ ਚੌਂਕ ਆ ਜਾਂ ਸਕੂਲ ਦੇ ਵੀ ਸੀ ਬਖਸ਼ੀ ਬਖਸ਼ੀ ਹਾਂਜੀ ਅੱਛਾ ਅੱਛਾ ਉਹਨਾਂ ਨੂੰ ਟਕਰਾ ਦਈਏ ਤੇ ਫਿਰ ਟਕਰਾ ਦੇ ਕੀ ਬਾਤ ਹੈ ਫਿਰ ਕੀ ਬਾਤ ਹੈ ਇਹ ਇਹ ਤੇ ਜੇ ਚੰਨ ਚੜੇਗਾ ਚੰਨ ਚੜੇਗਾ ਜੇ ਤੁਸੀਂ ਜੋ ਸੁਨੇਹਾ ਦੇਣਾ ਨਾ ਤੁਸੀਂ ਇਹ ਕੈਮਰੇ ਦੇ ਅੱਗੇ ਦੇ ਦਿਓ ਉਹਨਾਂ ਕੋਲ ਤੋੜ ਪਹੁੰਚਾ ਦਾਂਗੇ ਹੋਰ ਦੱਸ ਮੈਂ ਕਹਿੰਦਾ ਕਿ ਗੁਰੂ ਅਗਰ ਮੈਨੂੰ ਟੱਕਰ ਜਾਵੇ ਤੇ ਈਦ ਦਾ ਚੰਨ ਚੜ ਗਿਆ ਈਦ ਦਾ ਚੰਨ ਚੜ ਗਿਆ ਅਸੀਂ ਇਕੱਠਿਆਂ ਰੋਟੀ ਖਾਣੀ ਬਹਿ ਕੇ ਮੇਰੇ ਨਾਲ ਉਹਨੇ ਖਾਣੀ ਉਹਦੇ ਘਰ ਜਾ ਕੇ ਅਸੀਂ ਇਕੱਠਿਆਂ ਨੇ ਫਿਰ ਰੋਟੀ ਖਾਣੀ ਸਹੀ ਐਡਾ ਪਿਆਰਾ ਸੀ ਮੇਰਾ ਉਹਦਾ ਸਾ ਬਜ਼ੁਰਗ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਜੀ ਸੁਲਤਾਨ ਅਹਿਮਦ ਸੁਲਤਾਨ ਅਹਿਮਦ ਹਾਂਜੀ ਤੇ ਤੁਸੀਂ ਇਹਨਾਂ ਦੇ ਸਕੇ ਭਾਈ ਹੋ ਹਾਂਜੀ ਅਸੀਂ ਮਾਂ ਸਕੇ ਆ ਮਾਂ ਬਾਪਾ ਦੋ ਜੋ ਇਸੇ ਤਰ੍ਹਾਂ ਇਹਦਾ ਬਾਪ ਤੇ ਮੇਰਾ ਬਾਪ ਸੀ ਅੱਛਾ ਉਹ ਵੀ ਮਾਂ ਸਕੇ ਸਨ ਦੋਵੇਂ ਅੱਛਾ ਪਿਓ ਮਾਂ ਦੋ ਜੋ ਸਨ ਅੱਛਾ ਉਹ ਬੜਾ ਭਾਈ ਫੌਤ ਹੋ ਗਿਆ ਛੋਟੇ ਨਾਲ ਲਗਾ ਅੱਛਾ ਛੋਟੇ ਨਾਲ ਹਾਂਜੀ ਇਸ ਤਰ੍ਹਾਂ ਹਕੀਕਤ ਅੱਛਾ ਅੱਛਾ ਤੇ ਬਜ਼ੁਰਗੋ ਤੁਸੀਂ ਉਸ ਵੇਲੇ ਨਾਂ ਕੀ ਦੱਸਿਆ ਤੁਸੀਂ ਆਪਣਾ ਸੁਲਤਾਨ ਅਹਿਮਦ ਸੁਲਤਾਨ ਅਹਿਮਦ ਹਾਂਜੀ ਮੇਰਾ ਨਾਂ ਜੀ ਖੋਲ ਦੱਸਾਂ
मेरा नाम सिंध चो आया। अच्छा, मेरा बाप सिंध है भाई, नहर की मजदूरी कर नहर उदो सिर मिट्टी चुके कड़ी ने बरतानिया ने, हूँ करैना चल पशीनी दौर। दूसरी जमात पढ़ते? हाँ जी, मैं दूसरी जमात पढ़ता सी। जो कुछ अखा ने वेख्या है जो सुनिया है वो मैं अजय याद है, जो अज की गल भुल जाती, अच्छा। 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 है अच्छी गल की कल भुल गई, वो अजय याद है। बल्कि मैनु अल्लाह पाक ने मैनू इतना की तफीक है, मेरे से रहमत है कि मासूमियत दी गल बचपन दियाँ जो मैं मैं तुरदा नहीं सी, डिग पैदा ही तुरदा खड़ा होंदा सी, ते दादी दी गल याद है कि दादी झुकी लग गई। सही। क्यों कौन कौन स्कूल तुहाडे नाल पढ़दे सी, कोई नाम चेते है? नहीं जी नहीं याद। हिंदुआ दे नहीं याद, अपने मुसलमान दे याद ने। अच्छा, मुसलमान मुसलमान भरावां दे याद ने। अच्छा, कौन कौन सी? एक बशीर सी जी, बशीर जिन्हें मैं पढ़ना पाया। अच्छा अच्छा, तो एक मल्ला सी, वो इतने कौली का प्लेयर रहा, शताली चाक सरगोधे को। अच्छा, अच्छा। उसे रहायश है, अच्छा। साड़ी बरादरी जानी अपनी ना भाईचारे दे सीगे। अच्छा अच्छा। ते होर एक मंदी सी जी, वो डगोरा चाक के फैसलाबाद दे कोल ठीक रिया थाने को। अच्छा अच्छा, ठीक है। वो उत्थे आके बसे ने। अच्छा। ते होर केड़ा सी जी, होर को हैगे सी दो चार, कईयां दे हुण याद रहा। एक पीरू सीगा, पीरू वो भी डगोरा चाक, डगोरा चाक जागा सरदारी। एक गल सी मैं भी दसदा, जेड़ा साडा पानी सी ना, जेड़ी साडे बंदे उत्थे नूर सी, वो हुसन सी, ताकत सी, वो साडे विच हुण नहीं, इत्थे नहीं है। ये पानी जेड़ा है निकम्मा, कमजोर कमजोर पानी है। वो जेड़ा साडा पानी सी, साडा जेड़ा हुसन ही अलहदा सी। अच्छा। हाँ, वो लेकिन वो हुसन साडे वेखण च असीं वेख्या, सानू वो हुसन नहीं लब्भा। मैं कुरान मजीद अपनी किताब का माहिर हाँ। अच्छा। मैं तर्जमा किया और उसको समझा। अच्छा। मैं उसकी रूह ना गल करता। अच्छा, अच्छा। क्या बात है बुजुर्गों, समझ आ गई। एक स्कूल जी उर्दू, उत्थे पहली तो लैके अठवीं तक पढ़ाते थे, उत्थे अठवीं पास करके मुड़के आर्या स्कूल से जरा ना ये छेवीं दाखिल करते थे, इतने अंग्रेजी पढ़ाई जाती थी। सारे मुसलमान भी उस्ताद है, हिंदू भी उस्ताद है, है जी। उत्थे अंग्रेजी पढ़ाई थी मैट्रिक तक, और बड़ा मशहूर स्कूल से वो। अच्छा। लाहौर से अंबरसर जलंधर। अच्छा। ये थोड़े लड़के पढ़ते, क्यों सा कश्मीर वाला इलाका सी। अच्छा। कश्मीर की शाख सी जम्मू की। हाँ जी, सा पहाड़ सी जरा। अच्छा। है जी, तो वो जनाब उसे सेहत बहुत अच्छी थी। अच्छा। हाँ जी, आप भाई हमें गल करते ना पानी की, असी साढ़े पानी बहुत निशेब से, 100-125 फुट से जाके पानी से खूह के। साढ़े पिंड का एक तालाब सी, असी उन्हें पुखरी कहते सी। अच्छा। उत्थे हिंदू मुसलमान कट्ठे पानी पीते सी। अच्छा। उत्थे बारिश का पानी जमा हो जाता सी, वो को तकरीबन 3 एकड़ के बेच रहे, 3-4.5 एकड़ गोल दे रहे सी। अच्छा। है जी, उत्थों पानी पीते सी, पत्तल अपने अपने पर हिंदुआ का बखरा पकड़ा, जो बचन हों पानी बेच नहीं डुबा, बर्तन छोटे छोटे गिलास होंगे उन्होंने पानी भरना। अच्छा। गां जी सी इनू पानी पीवन का उसे इजाजत हैगी सी, क्योंकि पानी के पैर नहीं पाँदी। अच्छा। बैंस नहीं सी जान दी, हिंदू मुसलमान का साडा अपना इतफाक सी। अच्छा। उसके बंदिश थी साड़ी, सानू पहली जमात असी पढ़ी है चांग कौम सी जी, एक साडे पिंड चांग चांग कहंदे सी। हाँ जी, उन्हां दा असी मास्टर मुंशी बाबू राम, उहदा सहुरा सी, उह साडी जमीन दे नाल उह बाही करदा हुंदा साडे नाल, इह भाई उहनूं पता बधावा बधावे का जवाई सी, मुंशी बधावे चांग का जवाई, मास्टर मुंशी राम, बाबू मुंशी राम, वो सू पहली जमात पढ़ाया। दूसरी जमात सू आ गए बसूहे का, अमकेड़िया दसूहा, फौजी मास्टर लगा सी इंचार्ज साडा, उहदा बाजू कटिया सी, पैराशूट से उतरिया सी, बाजू उहदा टुट गया, फिर कर दिता सी, फौजी सी। लेकिन उस वक्त मोहब्बत सी, गुरबत सी, गुरबत की वजह मोहब्बत सी, अज मोहब्बत नहीं है, आज हर कोई चौधरी आकर खाएगा, आज ही है, आज ही सी। एक नंबर दो, साडे पिंड दे विच सिख कोई नहीं सी। अच्छा। एक सिख सीगा, एक जमार सी, भूपलाल चांग ने सी के सिखां ने रखे हुए। ओ सी, ओ जादू दा इलम जानदा सी।
ਤੇ ਫਿਰ ਉਹ ਆ ਗਏ ਸੀ ਨਾ ਕਟਾ ਕੇ ਅੱਛਾ ਆ ਪਤਾ ਨਹੀਂ ਪੈਨਸ਼ਨ ਲੈ ਕੇ ਆਏ ਨੇ ਜਾਂ ਨਾ ਉਹ ਵੈਸੇ ਕਟਾ ਕੇ ਆ ਗਏ ਅੱਛਾ ਬਾਕੀ ਉਹ ਘੋੜਾ ਇੱਕ ਲੈ ਗਏ ਸੁਰੋ ਘੋੜਾ ਵੇਖਿਆ ਅੱਖਾਂ ਦੇ ਨਾਲ ਬੜਾ ਉੱਚਾ ਸੀ ਅੱਛਾ ਦੇਖਣ ਨੂੰ ਰੂਹ ਕਰਦਾ ਸੀ ਅੱਛਾ ਫੌਜ ਵਿੱਚੋਂ ਲੈ ਗਏ ਕੁਛ ਮੁਰਗੀਆਂ ਲੈ ਗਏ ਸੀ ਅੱਛਾ ਉਹਨਾਂ ਮੁਰਗੀਆਂ ਦੇ ਇਹਨੇ ਨੌਕਰੀ ਕੀਤੀ ਅੱਛਾ ਅੱਲੇ ਜਾਂ ਮੁਰਗੀਆਂ ਦੇ ਮੈਂ ਨੌਕਰੀ ਕੀਤੀ ਇੱਕ ਮਹੀਨਾ ਸਾਡਾ ਉਹਨਾਂ ਨਾਲ ਸਾਡੇ ਘਰ ਦਾ ਬਹੁਤ ਪਿਆਰ ਸੀ ਅੱਛਾ ਅੱਛਾ ਉਹਨਾਂ ਦੇ ਨਾਂ ਹੈਗੇ ਨੇ ਜੀ ਸਰਦਾਰ ਰਣ ਸਿੰਘ ਤੇ ਇਹਨਾਂ ਨੇ ਬਖਸ਼ੀਸ਼ ਸਿੰਘ ਦੱਸਿਆ ਵੀ ਉਹ ਉਹਨਾਂ ਦਾ ਬਾਪ ਸੀ ਬਾਪ ਸੀ ਬਖਸ਼ੀਸ਼ ਸਿੰਘ ਅੱਛਾ ਉਹ ਇਹ ਦੋ ਜਵਾਹਰ ਲਾਲ ਦੇ ਪੁੱਤਰ ਸੀ ਇਹਨਾਂ ਦੇ ਬਾਪ ਨਾਲ ਜਵਾਹਰ ਲਾਲ ਅੱਛਾ ਉਹਦੀਆਂ ਅਸੀਂ 5-6 ਬੀਬੀਆਂ ਕੁਛ ਭਰਜਾਈਆਂ ਦਾ ਹੱਕ ਸੀ ਗੀਤ ਉਹ ਬੜੇ ਵੱਡੇ ਮਾਲਕ ਸੀ ਸਾਡੇ ਪਿੰਡ ਦੇ ਅੱਛਾ ਔਰ ਸਰਦਾਰ ਸੀ ਔਰ ਤਗਮਾ ਸੀ ਉਹਨਾਂ ਨੂੰ ਸਾਡੇ ਪਿੰਡ ਰੈਸਟ ਹਾਊਸ ਸੀ ਬੰਗਲਾ ਸੀ ਹੈ ਜੀ ਹਸਪਤਾਲ ਸੀ ਹਸਪਤਾਲ ਦੇ ਵਿੱਚ ਹੁਣ ਤੁਹਾਨੂੰ ਇੱਕ ਨਵੀਂ ਗੱਲ ਯਾਦ ਆ ਗਈ ਹਸਪਤਾਲ ਦੇ ਵਿੱਚ ਇੱਕ ਜਲੰਧਰ ਦਾ ਜਾਂ ਅੰਮ੍ਰਿਤਸਰ ਦਾ ਤੁਹਾਡੀ ਉਮਰ ਦਾ ਇੱਕ ਮੁੰਡਾ ਗਿਆ ਸੀ ਸਿੱਖ ਕੌਮ ਦੇ ਵਿਆਹ ਅੱਛਾ ਉੱਥੇ ਵੀ ਮੇਰਾ ਬਾਪ ਬਿਮਾਰ ਹੋਇਆ ਸੀ ਉਹ ਗਿਆ ਤਾਂ ਮੈਂ ਵੀ ਉੱਥੇ ਜਾਂਦਾ ਹਸਪਤਾਲ 'ਚ ਮਿਲਣ ਵਾਸਤੇ ਬਾਪ ਨੂੰ ਅਤੇ ਪਤਲੇ ਜਿਹੇ ਜਿਸਮ ਦਾ ਤਾਂ ਬੜਾ ਨਾ ਉਹ ਹੁੰਦਾ ਸੀਗਾ ਉਹ ਫਿਰ ਹੁਸ਼ਿਆਰਪੁਰ ਆ ਕੇ ਜਿਹਦੇ ਹੁਸ਼ਿਆਰਪੁਰ ਦੇ ਨਾਲ ਇੱਕ ਬਸਤੀ ਸੀ ਕਮਾਲਪੁਰ ਸਾਡਾ ਕੈਂਪ ਲਗਾ ਸੀ ਉੱਥੇ ਕਮਾਲਪੁਰ ਹੈ ਜੀ ਉੱਥੇ ਫਿਰ ਬਿਮਾਰੀ ਫੈਲਦੀ ਸੀ ਉੱਥੇ ਟੀਕੇ ਲਾਉਣ ਨੂੰ ਆਇਆ ਸੀ ਉੱਥੇ ਫਿਰ ਮੈਂ ਵੀ ਟੀਕਾ ਲਵਾਉਣ ਗਿਆ ਅਤੇ ਮੈਂ ਤਕਲੀਫ ਨਹੀਂ ਸੀ ਅੱਲਾ ਜਾਣਦੇ ਉਹ ਸੀ ਜਾਂ ਹੋਰ ਸੀ ਮੈਂ ਤਕਲੀਫ ਮੈਂ ਪਛਾਣ ਲਿਆ ਮੈਂ ਕਿਹਾ ਉਹੀ ਡਾਕਟਰ ਸਾਹਿਬ ਨੇ ਕਿਹਾ ਉਹੀ ਇਹ ਬਚਪਨ ਦੀਆਂ ਜਾਣੀਆਂ ਯਾਦਾਸ਼ਤਾਂ ਨੇ ਬਾਕੀ ਉਹਨਾਂ ਦੇ ਚੌਧਰੀਆਂ ਦੇ ਨਾਂ ਯਾਦ ਨੇ ਹੈ ਜੀ ਰਾਮ ਲੋਕ ਸੀ ਇਹ ਭਤੀਜਾ ਸੀ ਇਹਦੀ ਕਿਤਾਬਾਂ ਦੀ ਦੁਕਾਨ ਸੀ ਦੌਲਪੁਰ ਚੌਕ ਹੈ ਜੀ ਮੋਤੀ ਰਾਮ ਜਿਨ੍ਹਾਂ ਨੇ ਦੱਸਿਆ ਬਾਹਮਣ ਸੀ ਆਰੀਆ ਸਕੂਲ ਦੇ ਕੋਲ ਦੁਕਾਨ ਹੁੰਦੀ ਸੀ ਉੱਥੇ ਅਸੀਂ ਨਾਲ ਹੀ ਬਾਈ ਸੀ ਸਾਡੀ ਔਰ ਹੈਗੀ ਸੀ ਉਹ ਜਗ੍ਹਾ ਹਿੰਦੂਆਂ ਦੀ ਸੀ ਬਾਈ ਬੇਜੀ ਅਸੀਂ ਕਰਦੇ ਸੀ ਇੱਕ ਬੇਵਾ ਔਰਤ ਦੀ ਸੀ ਜਗ੍ਹਾ ਸੀ ਉਹ ਦਰਾਮਤੀ ਉਸਦਾ ਨਾਂ ਸੀ ਦਰਾਮਤੀ ਸੰਤ ਰਾਮ ਚੌਧਰੀ ਹੋਇਆ ਠੇਕੇਦਾਰ ਹੋਇਆ ਗਾ ਬੜਾ ਬਹਾਦਰ ਬੰਦਾ ਸੀਗਾ ਉਹ ਖੇਡਦਾ ਸੀ ਜੂਆ ਉਹਦਾ ਇੱਕ ਖੇਤ ਸੀ ਉਹ ਬਹੁਤ ਉੱਥੇ ਪਾਣੀ ਪੈਂਦਾ ਸੀ ਮਕਈ ਬੇਬਹਾ ਹੁੰਦੀ ਸੀ ਕੁਦਰਤੀ ਤੌਰ ਦੇ ਉੱਤੇ ਬਾਰਿਸ਼ਾਂ ਨਾਲ ਮਕਈਆਂ ਹੁੰਦੀਆਂ ਸੀ ਉੱਥੇ ਸਾਡੇ ਇਲਾਕੇ ਮਕਈ ਬਹੁਤ ਜ਼ਿਆਦਾ ਹੁੰਦੀਆਂ ਛੱਲੀਆਂ ਜਿਹੜੀਆਂ ਹੈ ਜੀ ਅੱਛਾ ਉਹਦੇ ਅਸੀਂ ਮੁਜ਼ਾਰੇ ਸੀਗੇ ਉਹ ਫਿਰ ਜੂਆ ਖੇਡਦਾ ਸੀ ਸ਼ਾਰਪੁਰ ਆ ਕੇ ਜੂਆ ਖੇਡਿਆ ਉਹਨੇ ਉੱਥੇ ਆ ਕੇ ਬੀਵੀ ਜੂਏ ਦੇ ਉੱਤੇ ਲਾਤੀ ਪੈਸੇ ਹਾਰ ਗਿਆ ਬੀਵੀ ਲਾਤੀ ਜੂਏ ਦੇ ਉੱਤੇ ਜਿਹਦੇ ਬੀਵੀ ਜੂਏ ਤੋਂ ਉਹ ਵੀ ਹਾਰ ਗਿਆ ਬੀਵੀ ਵੀ ਹਾਰ ਗਿਆ ਉਹ ਫਿਰ ਉਹਨਾਂ ਨੇ ਕਿਹਾ ਸਾਡਾ ਐਡਾ ਖਾਨਦਾਨ ਨੇ ਅਸੀਂ ਬੀਵੀ ਨਹੀਂ ਦੇਣੀ ਉਹਨਾਂ ਨੇ ਕਿਹਾ ਭਰਾਵਾਂ ਦੇ ਵੀ ਸਾਨੂੰ ਨਾ ਆ ਫਲਾਨਾ ਖੇਤ ਦੇਖਦੇ ਹੈਂਜੀ ਅਤੇ ਅਸੀਂ ਪੈਸੇ ਅਸੀਂ ਭਰਦੇ ਅਸੀਂ ਔਰਤ ਨਹੀਂ ਅਸੀਂ ਦੇਣੀ ਉਹ ਫਿਰ ਜਨਾਬ ਉਹਨੇ ਉਹ ਜ਼ਮੀਨ ਲਿਖ ਦਿੱਤੀ ਉਹਨਾਂ ਨੂੰ ਹੈਂਜੀ ਜਦੋਂ ਲਿਖੀ ਤਾਂ ਬੀਬੀ ਲੜੀ ਉਹਦੇ ਨਾਲ ਅੱਖਾਂ ਤੋਂ ਅੰਨਾ ਸੀ ਹੋ ਗਿਆ ਅੰਨਾ ਕਰ ਦਿੱਤਾ ਸੀ ਉਹ ਬੀਬੀ ਨੇ ਕਿ ਜੂਆ ਖੇਡਣ ਤੋਂ ਹਟ ਜਾਵੇ ਉਸ ਵਕਤ ਯਾਦ ਮਸਤੂ ਬਾਹਮਣ ਦੀ ਦੁਕਾਨ ਸੀ ਵੱਡੀ ਇੱਕ ਸਿਰਫ ਦੁਕਾਨ ਸੀ ਕਰਿਆਨੇ ਦੀ ਹੈ ਜੀ ਹਰੀਆ ਲੋਹਾਰ ਸੀ ਹਿੰਦੂ ਸੀ ਉਹਦੀ ਦੁਕਾਨ ਸੀ ਲੋਹੇ ਦੀ ਇੱਕ ਸਰਾਂ ਬਣ ਰਹੀ ਸੀ ਉੱਥੇ ਸਰਾਂ ਮਕਾਨ ਬਣ ਰਿਹਾ ਸੀ ਜਾਣੀ ਮੁਸਾਫਰਾਂ ਦੇ ਰਹਿਣ ਵਾਸਤੇ ਉਹ ਹਿੰਦੂ ਬਣਵਾ ਰਹੇ ਸੀ ਉਹ ਬਣ ਰਹੀ ਸੀ ਕਮਰੇ ਕੁਝ ਦੋ ਚਾਰ ਬਣ ਗਏ ਸੀ ਬੜੀ ਖੁੱਲ੍ਹੀ ਬਣੀ ਸੀ ਹੈ ਜੀ ਅਤੇ ਬਾਕੀ ਇਹ ਹੈ ਕਿ ਮੀਆਂ ਚਤਰ ਸਿੰਘ ਚਲੇੜ ਦਾ ਸੀ ਸਾਡੇ ਨਾਲ ਦੌਲਤ ਦੇ ਪਿੰਡ ਨਾਲ ਚਲੇੜ ਦਾ ਪਿੰਡ ਸੀ ਉਹਦਾ ਮੀਆਂ ਚਤਰ ਸਿੰਘ ਨਾਮ ਸੀ ਲੇਕਿਨ ਉਹਨਾਂ ਨੇ ਕੇਸ ਨਹੀਂ ਸੀ ਰੱਖੇ ਉਹ ਮੋਨੇ ਸੀ ਸਾਡੇ ਤਰ੍ਹਾਂ ਉਹ ਨਾ ਇਹ ਬੋਲਾ ਬਣਵਾ ਕੇ ਰੱਖਦੇ ਸੀ ਉਹਦੀ ਕੱਪੜੇ ਦੀ ਦੁਕਾਨ ਹੁੰਦੀ ਸੀ ਇਹ ਮੈਨੂੰ ਯਾਦ ਇਸ ਤਰ੍ਹਾਂ ਨੂੰ ਕਰਕੇ ਬਸ ਹੋਰ ਕਈ ਗੱਲਾਂ ਯਾਦ ਨੇ ਲੇਕਿਨ ਆਸਤਾ ਆਸਤਾ ਆਉਂਦੀਆਂ ਨੇ ਹੁਣ ਸਾਡੀ ਉਮਰ ਵੀ ਕਾਫੀ ਹੋ ਗਈ ਹੈ ਆਸਤਾ ਆਸਤਾ ਸਭ ਯਾਦ ਆ ਜਾਂਦੀਆਂ ਜਦੋਂ ਯਾਦ ਕਰੀਏ ਅੱਛਾ ਜੀ ਹੁਣ ਤੁਸੀਂ ਮੈਂ ਦੱਸੋ ਤੁਸੀਂ ਇੰਡੀਆ ਜਾਂਦੇ ਹੋ ਹਾਂਜੀ ਹੋਏ ਹੋਏ ਕਦੀ ਇਹ ਸੁਣਿਆ ਸਾਨੂੰ ਡੋਰੀਆਂ ਨੂੰ ਪਹੁੰਚਾ ਦਿਓ ਨਾ ਅੱਛਾ ਬੜੀ ਬਾਤ ਦਿਲ ਕਰਦਾ ਬੜਾ ਬਹੁਤ ਬੇਬਹਾ ਅਸੀਂ ਕਹਿੰਦੇ ਇਜਾਜ਼ਤ ਹੋਵੇ ਉੱਡ ਕੇ ਚਲੇ ਜਾਈਏ ਉੱਡ ਕੇ ਚਲੇ ਜਾਈਏ ਇੱਥੇ ਅਸੀਂ ਬਹੁਤ ਆਰਾਮ 'ਚ ਉੱਥੇ ਸਾਡੀ ਕੌਮ ਜਿਹੜੀ ਸੀ ਨਾ ਇਹ ਮਾਲੀ ਹਾਲ 'ਚ ਕਮਜ਼ੋਰ ਸੀ ਤਾਕਤਵਰ ਹੈਗੀ ਸੀ ਲੜਾਈ ਝਗੜੇ 'ਚ ਤਾਕਤਵਰ ਸੀ ਹਾਂਜੀ ਅਤੇ ਬੜੀ ਪੁੱਛੀ ਬਹੁਤ ਮਾਹੌਲ ਅੱਛਾ ਸੀ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਸੀ ਦੋ ਹੀ ਕੌਮਾਂ ਮੁਸਲਮਾਨ ਸਿੱਖ ਇਸ ਖਿੱਤੇ ਦੇ ਵਿੱਚ ਬਹਾਦਰ ਦੋ ਕੌਮਾਂ ਨੇ ਜਾਬਰ ਦੋ ਕੌਮਾਂ ਨੇ ਆਕੜ ਖਾਏ ਦੋਵੇਂ ਕੌਮਾਂ ਨੇ
ਸਮਝ ਆ ਗਈ ਆਕੜ ਦੀ ਵਜ੍ਹਾ ਦੇ ਨਾਲ ਅਸੀਂ ਬੁਰਾਈ ਦੀ ਤਰਫ਼ ਚੱਲ ਪੈਂਦੇ ਨੇ ਜਿਹੜੇ ਉਹ ਹਿੰਦੂ ਲੋਕ ਦੇਖੇ ਨਾ ਸਾਡੇ ਇਲਾਕੇ ਡੋਗਰਾ ਮਰਾਠੇ ਅੱਜ ਜੇ ਹੈਗੀ ਸੀ ਉਹਨਾਂ ਦੀ ਆਕੜ ਹੈ ਨਹੀਂ ਸੀ ਉਹ ਬੁਰਾ ਕੰਮ ਦੇਖਦੇ ਸੀ ਉਹਨਾਂ ਨਸ ਜਾਣਾ ਰਾਮ ਨਾਮ ਰਾਮ ਇਸ ਗੱਲ ਕਰਕੇ ਹੈਗਾ ਇਹ ਕਦੀ ਤੁਸੀਂ ਪੁਛਾ ਦਿਓ ਜਾਂ ਉਹਨਾਂ ਨੂੰ ਕਹੋ ਕਿ ਅਗਰ ਡੋਲੀ ਵਾਲਿਆਂ ਦੇ ਵਿੱਚੋਂ ਡੋਲੀ ਉੱਥੇ ਕਹਿੰਦੇ ਸੀ ਜੀ ਬੈਠਕ ਨੂੰ ਉਹਨਾਂ ਨੇ ਕਮਰਾ ਸੀ ਬਣਾਇਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਬਹਿੰਦੇ ਸੀ ਤੇ ਫਿਰ ਜੂਆ ਖੇਡਦੇ ਛਿਕੜੀ ਖੇਡਦੇ ਸੀ ਆਡਾ ਖੱਡਾ ਕੌਡੀਆਂ ਇਹ ਦੱਸਦੇ ਵੀ ਖੇਡਦੇ ਹੁੰਦੇ ਇਕੱਠੇ ਹੋ ਕੇ ਸਾਡੇ ਅਮੀਰ ਤਰੀਨ ਬੰਦੇ ਸਰਦਾਰ ਸੀ ਸਾਡੇ ਇਲਾਕੇ ਦੇ ਉਹ ਪਿੰਡ ਦੇ ਚੌਧਰੀ ਸੀ ਉਹ ਅਤੇ ਇਸ ਤਰ੍ਹਾਂ ਨੂੰ ਕਰਕੇ ਅਤੇ ਕਦੀ ਉਹ ਮੇਲੇ 'ਤੇ ਆ ਜਾਣ ਅਤੇ ਸਾਡਾ ਇਸ ਜਗ੍ਹਾ ਦਾ ਨਾਂ ਦੱਸ ਦੇਣ ਅਸੀਂ ਉਹਨਾਂ ਨੂੰ ਦੱਸਾਂਗੇ ਅਸੀਂ ਉਹਨਾਂ ਨੂੰ ਮਿਲਾਂਗੇ ਹੈ ਜੀ ਜਿਸ ਤਰ੍ਹਾਂ ਤੁਹਾਡੇ ਪਿੰਡ ਚ ਮੈਂ ਪਤਾ ਕੀਤਾ ਤੁਸੀਂ ਦੋ ਹੀ ਬਜ਼ੁਰਗ ਸਭ ਤੋਂ ਜ਼ਿਆਦਾ ਉਮਰ ਠੀਕ ਹੈ ਪੂਰੇ ਪਿੰਡ ਦੇ ਵਿੱਚ ਤੇ ਆਪਾਂ ਇੰਟਰਵਿਊ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਆ ਉਹਨਾਂ ਨੂੰ ਆਪਣੀਆਂ ਜਨਮ ਪੌ ਥਾਵਾਂ ਤੇ ਉਹਨਾਂ ਕਬਰਾਂ ਤੇ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਵੱਡਿਆਂ ਦੀਆਂ ਕਬਰਾਂ ਉੱਥੇ ਆ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਇਹਦੇ ਚ ਨਰਮੀ ਕੀਤੀ ਜਾਵੇ ਠੀਕ ਹੈ ਤੇ ਬਜ਼ੁਰਗੋ ਤੁਹਾਡਾ ਮਤਲਬ ਮਕਸਦ ਇਹ ਹੈ ਕਿ ਆਉਣ ਜਾਣ ਦਾ ਸਿੱਧਾ ਤਰੀਕਾ ਜਾਰੀ ਹੋ ਜਾਵੇ ਲੱਗਾ ਰਵੇ ਆਉਣ ਜਾਣ ਤਾਂ ਕਿ ਸਾਡੀ ਇਹ ਜੀ ਬਸ ਕੁਛ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਪੈਦਲ ਖਬਰ ਹੈ ਇਹ ਲੜਾਈ ਸ਼ੁਰੂ ਹੋਈ ਸੀ ਸਰਦਾਰ ਤਾਰਾ ਸਿੰਘ ਤੋਂ ਉਸ ਵੇਲੇ ਤੁਹਾਡੇ ਕੌਮ ਦਾ ਲੀਡਰ ਸੀ ਤੁਸੀਂ ਮਿਸ਼ਾ ਜਾਣਦੇ ਹੋਵੇ ਕਿਹੜੇ ਇਲਾਕੇ ਦੀ ਸੋਭਾ ਹੈ ਪਿਸ਼ਾਵਰ ਦੇ ਇਲਾਕੇ ਅੱਛਾ ਉੱਥੇ ਨਹੀਂ ਸੀਗੇ ਇਹ ਪਠਾਨ ਸਾਡੇ ਕੌਮ ਜਿਹੜੀ ਹੈ ਨਾ ਇਹ ਵੀ ਬੇਹਜਾਗੋ ਜੀ ਬੜੀ ਜਾਵਰ ਕੌਮ ਹੈ ਸਖਤ ਕੌਮ ਹੈ ਇਹਨਾਂ ਨੇ ਕੁਛ ਉਸ ਵੇਲੇ ਫਿਰ ਇਹਨਾਂ ਦਾ ਘਰ ਬਾਰ ਕਹਿੰਦੇ ਲੁੱਟਿਆ ਸੀ ਇਹਨਾਂ ਜਾ ਕੇ ਫਿਰ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਨੂੰ ਭੜਕਾਇਆ ਸੀ ਉਸ ਵੇਲੇ ਭੜ ਕੇ ਨੇ ਸਿੱਖ ਫਿਰ ਨੁਕਸਾਨ ਹੋਇਆ ਪਰ ਨੁਕਸਾਨ ਨਹੀਂ ਸੀ ਹੋਣਾ ਅਗਰ ਭੈਣਾਂ ਭਰਾਵਾਂ ਤਾਂ ਉੱਠਦੇ ਆਉਂਦੇ ਜਾਂਦੇ ਤਾਂ ਸਾਡਾ ਉਸ ਵਿੱਚ ਅੱਜ ਤੱਕ ਆਉਣ ਜਾਣ ਜਾਰੀ ਰਹਿਣਾ ਸੀ ਮੁਹੱਬਤ ਰਹਿਣੀ ਸੀ ਚਲੋ ਹੁਣ ਜੋ ਕੁਛ ਹੋ ਗਿਆ ਉਹ ਤਾਂ ਹੋ ਗਿਆ ਉਹ ਹੋ ਗੁਜ਼ਰਿਆ ਉਹ ਅੱਲਾ ਦੇ ਹੁਕਮ ਇਹ ਸਭ ਕੁਝ ਜੋ ਹੁੰਦਾ ਹੈ ਅੱਲਾ ਦੇ ਹੁਕਮ ਸੇ ਹੁੰਦਾ ਹੈ ਹਾਂਜੀ ਆਪ ਵੀ ਸ਼ਾਇਦ ਅੱਲਾ ਚਾਹੇ ਤਾਂ ਦੋਨੋਂ ਮੁਲਕਾਂ ਦਾ ਇਤਫਾਕ ਹੋ ਜਾਏ ਆਉਣ ਜਾਣ ਬਣ ਜਾਏ ਭਾਈਚਾਰਾ ਬਣ ਜਾਏ ਬਹੁਤ ਅੱਛੀ ਬਾਤ ਹੈ ਬਹੁਤ ਹੀ ਅੱਛੀ ਬਾਤ ਹੈ ਕਿਆ ਬਾਤ ਹੈ ਅੱਲਾ ਵੀ ਇਸ ਚੀਜ਼ ਕੋ ਹੁਕਮ ਦੇਤਾ ਹੈ ਕਿ ਮੁਹੱਬਤ ਪਿਆਰ ਸੇ ਇਨਸਾਨ ਕੋ ਪੈਦਾ ਹੀ ਮੁਹੱਬਤ ਪਿਆਰ ਕੇ ਲਈ ਕੀਆ ਗਿਆ ਬਿਲਕੁਲ ਬਿਲਕੁਲ ਹਾਂਜੀ ਇਹ ਬਾਤ ਚਲੋ ਜੀ ਸਾਡੀ ਵੀ ਰੱਬ ਦੇ ਅੱਗੇ ਇਹੀ ਦੁਆ ਹੈ ਇਹੀ ਅਰਦਾਸ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਪਿਆਰ ਅਮਨ ਜਿਹੜਾ ਹੈ ਉਹ ਹੋਵੇ ਔਰ ਅੱਜ ਦੀ ਇੰਟਰਵਿਊ ਵਾਸਤੇ ਸੀ ਇਮਰਾਨ ਵੀਰ ਜੀ ਦਾ ਜੋ ਚਲਾਰ ਬਲਾਕਾ ਸਿੰਘ ਚਲਾਰ ਗੁਜਰਾਂ ਵੀ ਜਿਹਨੂੰ ਕਿਹਾ ਚਲਾਰ ਗੁਜਰਾਂ ਵੀ ਚਲਾਰ ਬਲਾਕਾ ਸਿੰਘ ਜੀ ਉਹ ਇੱਕ ਮਰ ਜੀ ਸਾਡੀ ਨਵੀਂ ਬਸਤੀ ਹੈ ਅੱਛਾ ਇੱਥੇ ਪੁਰਾਣੀ ਬਸਤੀ ਕੋਈ ਨਹੀਂ ਇਸ ਇਲਾਕੇ ਦੇ ਵਿੱਚ ਭੰਬੇ ਸਿੱਖ ਹੋਏ ਨੇ ਅੱਛਾ ਇਹ ਕਿਲਾ ਭੰਬਿਆਂ ਦਾ ਰਾਵੀ ਦੇ ਉੱਤੇ ਬਚੇਗੀ ਤੋਂ ਪਰੇ ਸਮਝ ਆ ਗਈ ਉਹ ਇਸ ਇਲਾਕੇ ਸਰਦਾਰ ਹੋਏ ਬੜੇ ਜਾਬਰ ਸੀ ਉਹ ਉਹਨਾਂ ਇਹਨਾਂ ਭੱਟੀਆਂ ਦੇ ਕੋਲ ਨਾ ਪੰਜ ਮਰੱਬੇ ਰਕਬਾ ਲੈ ਲਿਆ ਸੀ ਅੱਛਾ ਬਜ਼ੁਰਗੋ ਵੈਸੇ ਤੁਹਾਡੇ ਲਾਗੇ ਹਸੀਬ ਵਿਕਾਸ ਮਿਲ ਸੀਗੀ ਬੰਦ ਹੋ ਗਈ ਹੈ ਹਾਂਜੀ ਤੇ ਕਿਸਾਨਾਂ ਨੂੰ ਇਹਦਾ ਨੁਕਸਾਨ ਨਹੀਂ ਹੁੰਦਾ ਨਹੀਂ ਨੁਕਸਾਨ ਕੋਈ ਨਹੀਂ ਸੀ ਨੁਕਸਾਨ ਇੱਕ ਸੀ ਹੁਣ ਜਿੱਦਾਂ ਕਮਾਦ ਦੀ ਫਸਲ ਹੁਣ ਚੀਨੀ ਦਾ ਰੇਟ ਵੇਖੋ ਕਿੱਥੇ ਪਾਕਿਸਤਾਨ ਤੇ ਕਮਾਦ ਜਿਹੜੇ ਇਰਦ ਗੋਰਦ ਜਿਹੜੇ ਲੋਕ ਕਮਾਦ ਕਾਸ਼ਤ ਕਰਦੇ ਆ ਉਹ ਫਿਰ ਕਿੱਥੇ ਵੇਚਦੇ ਉਹ ਹੁਣ ਜਿਹੜੀਆਂ ਬਾਹਰ ਮਿਲਾਂ ਨੇ ਇੱਧਰ ਹੈਗੀ ਆ ਕਿ ਸਾਂਗਲਾ ਹਿੱਲ ਜਣਾ ਵਾਲੇ ਮਿਲ 200 ਰੁਪਏ ਮਾਨ ਆ ਗਈ ਆ ਜੇ ਸਾਂਗਲੇ ਲਿਜਾਣੀ ਜਾਂ ਜਣਾ ਵਾਲੇ ਲੈ ਕੇ ਜਾਣੀ ਜਾਤੀ ਨਹੀਂ ਕਿਸਾਨਾਂ ਨਾਲ ਹਾਂਜੀ ਬਿਲਕੁਲ ਜਾਤੀ ਬਣੀ ਸੀ ਆ ਮਿਲ ਇਹ ਫਿਰ ਚੋਂ 2 ਸਾਲ ਇੱਥੇ ਚੱਲੀ ਹੈ ਇਹ ਪੱਟ ਕੇ ਲੈ ਕੇ ਡੇਰਾ ਗਾਜ਼ੀ ਖਾਂ ਆਹੋ ਉਸ ਪਾਸੇ ਚਲੀ ਗਈ ਉਸ ਪਾਸੇ ਚਲੀ ਉੱਥੇ ਉਹਨਾਂ ਚੱਲਣ ਨਹੀਂ ਦਿੱਤੀ ਤੁਹਾਡੇ ਲਾਗੇ ਅੱਜ ਤੋਂ ਕੋਈ 20-25 ਸਾਲ ਪਹਿਲੇ ਅਸੀਂ ਤਾਂ ਉਦੋਂ ਬਹੁਤ ਛੋਟੇ ਸੀ ਲੇਕਿਨ ਚਲੋ ਬਾਅਦ ਚ ਗੇੜਾ ਲੱਗਦਾ ਰਿਹਾ ਗੰਗਾ ਸਿੰਘ ਢਿੱਲੋਂ ਇੱਥੇ ਇੱਕ ਮਿੱਲ ਬਣਾ ਰਿਹਾ ਸੀ ਹਾਂਜੀ 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 ਉਹ ਕਿਹੜੀ ਮਿੱਲ ਬਣਾ ਰਿਹਾ ਸੀਗਾ ਇਹ ਪਤਾ ਨਹੀਂ ਕਿਹੜੀ ਉਹ ਮੁਸਲਮਾਨ ਤੇ ਉਹ ਗੰਗਾ ਰਾਮ ਸਾਹਿਬ ਉਹ ਨਾ ਸਾਂਝੀ ਬਣਾ ਰਹੇ ਸੀ ਪੱਕਾ ਖੂਹ ਹੈ ਭੱਟੀਆਂ ਦਾ ਉਹਨਾਂ ਕੋਲੋਂ ਮਰਬਾ ਜ਼ਮੀਨ ਦਾ ਲਿਆ ਸੀ ਉਹਦਾ ਮੇਰਾ ਖਿਆਲ ਦਰਵਾਜ਼ਾ ਦੇ ਵੀ ਕੋਲੋਂ ਚਾਰ ਦੀਵਾਰੀ ਕਰਵਾਈ ਸੀ ਲੇਕਿਨ ਫਿਰ ਉਹ ਬੰਦ ਕਰ ਦਿੱਤੀ ਕੋਈ ਹਕੂਮਤ ਦੀ ਵਜ੍ਹਾ ਹਕੂਮਤ ਦਾ ਕੋਈ ਨਾ ਹਕੂਮਤ ਬਦਲ ਗਈ ਸੀ ਹਾਂਜੀ ਹਕੂਮਤ ਬਦਲ ਗਈ ਬੰਦ ਹੋ ਗਈ ਸੀ ਬੰਦ ਹੋ ਗਈ ਉਹ ਜੇ ਖੜੀ ਹੈ ਵੈਸੇ ਰਕਵਾ ਬੇਲਾ ਪਿਆ ਕਿਉਂਕਿ ਆਪਾਂ ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਰਹਿੰਦੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਜ਼ਿਲ੍ਹਾ ਨਨਕਾਣਾ ਸਾਹਿਬ ਆ ਜ਼ਿਲ੍ਹਾ ਤੇ ਬਣਾ ਦਿੱਤਾ ਗਿਆ ਲੇਕਿਨ ਜਿਹੜੇ ਇੱਥੇ ਲੋਕਾਂ ਨੂੰ ਮਤਲਬ ਕਿ ਰੋਜ਼ਗਾਰ ਦੇ ਜਿਹੜੀਆਂ
जिस तरह फैसलाबाद है, लायलपुरा, उत्थे कोई भी लोग उत्थे इन्नियां फैक्ट्रीज लग चुकियां ने कि हर बंदे नूं रोज़गार मिलता है। लेकिन जिहड़ा साडा इलाका है ननकाणा साहब वाला पास, इत्थे कोई वड्डी मिल नहीं है, कोई इस तरह की फर्म इत्थे मौजूद नहीं है कि जिहड़ी जिहड़ी साडी जवान लोकां नूं जिहड़ा है उन्हां नौकरी मिल सके, रोजी दा बहाना बन जाए। हाँ, रोजी दा बहाना बन जाए। ज़्यादातर लोग बाहर जाके जॉब करते हैं, इस तरह पढ़ाई लिखाई वास्ते भी ननकाणा साहब, ज़िला ननकाणा साहब खास करके लोग जो लाहौर जाना पैंदा है या बाकी शहरों के, कोई वड्डी यूनिवर्सिटी भी साढ़े कोल हजे तक नहीं है। हालांकि कागजात के गुरु नानक इंटरनेशनल यूनिवर्सिटी का बुनियाद तो जरूर रख दिता है, लेकिन हजे तक वो बनी नहीं है, टाइम चुके लग जाना है। ठीक है, गवर्नमेंट में भी इस पास थोड़ा जहा तवज्जो देनी चाहिए है कि इस इलाके जोड़े ने बजुर्गों। तुहाडे दोवां दा बहुत बहुत शुक्रिया, तुहाडियां खूबसूरत यादां राही आपां कोशिश करांगे कि दोवां पंजाबां दे विचकार, दोवां मुल्कां दे विचकार जिहड़ा है वो प्यार मुहब्बत अमन दा सुनेहा देईए। जिदां जिदां तुसीं चीज़ां दसदे सी मैनूं इंज लगदा कि मैं तुहाडे नाल तुहाडे पिंड 'च किते फिर रहा सी। ते इही खूबसूरत सांझा सानूं कोई किताब, कोई दरस, कोई स्कूल सानूं इह चीज़ां नहीं दसदी जो तुहाडे कोल चीज़ां ने, जो तुहाडे कोल गल्लां ने। सो उन्हां गल्लां नूं लै करके आपां पिंड पिंड जाईदा, और अज भी आपां बजुर्गां दे नाल बैठे सी, वो खूबसूरत गल्लां करन दे सी। बजुर्गां नूं इक इक चीज़ जिहड़ी है वो इस तरह याद आ, कुत्तियां दे नाम तक बजुर्गां नूं याद। सो याददाश्त दी जिहड़ी चीज़ है वो आपां वेख सकदे हां इहदे च। आपां जिस इलाके च बैठे हां, ननकाणा साहब दे इलाके दे विच, चूंकि मेरी जन्म पौ थां ननकाणा साहब, और वैसे भी ननकाणा साहब असीं बड़े सारे ही सरदारां वास्ते बड़ा अहम जगह है। तो इत्थे अज असीं आए सी, होपफुली मैनूं बड़ी उम्मीद है कि चढ़दे पासियों भी जिहड़े इन्हां ने पिंड दस्सिया दौलतपुर चौक और दौलतपुर जिहड़ा इन्हां दा सी पिंड, उत्थों भी जरूर सुनेहा आएगा इन्हां वास्ते प्यार भरिया। और इस तरह आपां सुनेहे एक दूसरे पासे कलदे रहांगे, मुहब्बत दियां बहारां जिहड़ियां ने ओह महकाउंदे रहांगे। मिलदे हां किसी होर थां किसी होर बजुर्ग दी कहानी लैके। रब रखा जी।